ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਸਟਰ ਕਲਾਸਿਸ। ਮੈਂ ਪ੍ਰੈਕਟਿਸ ਸੀਰੀਜ਼ ਦਾ ਅੱਜ ਆਪਣਾ ਦੂਸਰਾ ਲੈਕਚਰ ਹੈ, ਜਿਹਦੇ ਵਿੱਚ ਕੱਲ ਆਪਣਾ ਜਿਹੜਾ ਅਫਰੀਕਾ ਦਾ ਪੋਰਸ਼ਨ ਅਧੂਰਾ ਰਹਿ ਗਿਆ ਸੀ, ਅੱਜ ਆਪਾਂ ਉਹ ਕੰਪਲੀਟ ਕਰਨਾ ਹੈ। ਸੋ ਫਾਈਨਲੀ ਅੱਜ ਆਪਣਾ ਜਿਹੜਾ ਅਫਰੀਕਾ ਕੰਟੀਨੈਂਟ ਹੈਗਾ ਉਹ ਕੰਪਲੀਟ ਹੋ ਜਾਊਗਾ। ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਜਾਣਕਾਰੀ ਦੇਣਾ ਚਾਹੁੰਦਾ। ਸਾਡੀਆਂ ਆਫਲਾਈਨ ਕਲਾਸਿਸ ਬਾਰੇ ਤਾਂ ਤੁਹਾਨੂੰ ਸਾਰਿਆਂ ਨੂੰ ਹੁਣ ਪਤਾ ਲੱਗ ਹੀ ਗਿਆ, ਸਾਡਾ ਜਿਹੜਾ PCS ਬੈਚ ਹੈਗਾ ਉਹ ਇਸੇ ਹਫ਼ਤੇ ਸ਼ੁਰੂ ਹੋਣ ਜਾ ਰਿਹਾ। ਸੋ ਜਿਹੜੇ ਵੀ ਸਟੂਡੈਂਟਸ ਤੁਹਾਡੇ ਚੋਂ ਇੰਟਰਸਟਿਡ ਨੇਗੇ, ਜੁਆਇਨ ਕਰਨਾ ਚਾਹੁੰਦੇ ਨੇ, ਉਹ ਹੇਠ ਲਿਖੇ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਨੇ ਵਧੇਰੇ ਜਾਣਕਾਰੀ ਦੇ ਲਈ। ਸੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਟੌਪਿਕ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਜੀ ਅਫਰੀਕਾ ਦੇ ਵਿੱਚ ਕਿਹੜੀਆਂ ਕਿਹੜੀਆਂ ਇੰਪੋਰਟੈਂਟ ਜਿਹੜੇ ਲੇਕਸ ਨੇਗੀਆਂ ਉਹ, ਠੀਕ ਹੈ। ਆ ਮੈਪ ਦੇ ਵਿੱਚ ਅਫਰੀਕਾ ਦੇ ਵਿੱਚ ਜਿੰਨੀਆਂ ਵੀ ਇੰਪੋਰਟੈਂਟ ਲੇਕਸ ਨੇ ਉਹਨਾਂ ਸਾਰਿਆਂ ਦਾ ਇੱਕ ਓਵਰਵਿਊ ਜਾਂ ਤੁਹਾਡੇ ਸਾਰਿਆਂ ਦੇ ਅੱਗੇ ਰੱਖਿਆ ਹੋਇਆ, ਆਪਾਂ ਇੱਕ ਵਾਰ ਇਹਨਾਂ ਨੂੰ ਦੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਆ ਗਈ ਲੇਕ ਚੈਡ, ਲੇਕ ਟਾਣਾ, ਲੇਕ ਐਲਬਰਟ, ਲੇਕ ਟੁਰਕਾਣਾ, ਲੇਕ ਵਿਕਟੋਰੀਆ, ਲੇਕ ਟੰਗਨਾਇਕਾ ਤੇ ਲੇਕ ਨਾਈਸਾ। ਸਭ ਤੋਂ ਪਹਿਲਾ ਕੁਐਸਚਨ ਲੇਕਸ ਦੇ ਉੱਪਰ ਕੀ ਬਣਦਾ, ਠੀਕ ਹੈ। ਤੁਹਾਡੇ ਸਾਰਿਆਂ ਤੋਂ ਇਹਨਾਂ ਲੇਕਸ ਦਾ ਆਰਡਰ ਪੁੱਛ ਸਕਦੇ ਨੇ ਵੀ ਇਹਨਾਂ ਲੇਕਸ ਨੂੰ ਤੁਸੀਂ ਨੌਰਥ ਟੂ ਸਾਊਥ, ਸਾਊਥ ਟੂ ਨੌਰਥ, ਈਸਟ ਟੂ ਵੈਸਟ ਜਾਂ ਵੈਸਟ ਟੂ ਈਸਟ ਅਰੇਂਜ ਕਰੋ। ਸੋ ਜਿੰਨਾ ਚਿਰ ਤੁਸੀਂ ਦੇਖੋ ਮੈਪ ਦੇ ਉੱਪਰ ਜਾ ਕੇ ਪ੍ਰੈਕਟਿਸ ਨਹੀਂ ਕਰਦੇ ਉਹਨਾਂ ਚਿਰ ਤੁਹਾਨੂੰ ਇਹਨਾਂ ਦਾ ਆਰਡਰ ਯਾਦ ਨਹੀਂ ਹੋਣਾ, ਠੀਕ ਹੈ। ਸੋ ਮੈਂ ਤਾਂ ਅੱਜ ਵੀ ਕਹਿਣਾ, ਠੀਕ ਹੈ, ਅੱਜ ਜਾ ਕੇ ਪਹਿਲਾਂ ਤਾਂ ਮੈਪ ਖਰੀਦੋ, 4-5 ਮੈਪ ਖਰੀਦੋ ਇਕੱਲੇ ਅਫਰੀਕਾ ਦੇ, ਠੀਕ ਹੈ। ਸਭ ਤੋਂ ਪਹਿਲਾਂ ਤਾਂ ਜਿੰਨੀਆਂ ਵੀ ਅਫਰੀਕਾ ਦੇ ਕੰਟਰੀਜ਼ ਨੇ ਉਹਨਾਂ ਸਾਰੀਆਂ ਕੰਟਰੀਜ਼ ਨੂੰ ਅਫਰੀਕਾ ਦੇ ਮੈਪ ਦੇ ਉੱਪਰ ਜਾ ਕੇ ਪਲੋਟ ਕਰੋ। ਉਸ ਤੋਂ ਬਾਅਦ ਅਫਰੀਕਾ ਦੇ ਜਿੰਨੇ ਵੀ ਤੁਹਾਨੂੰ ਮੈਂ ਪਿਛਲੇ ਲੈਕਚਰ ਵਿੱਚ ਮਾਊਂਟੇਨਸ ਕਰਾਈਆਂ ਨੇ ਉਹ ਮਾਊਂਟੇਨਸ ਪਲੋਟ ਕਰੋ। ਉਸ ਤੋਂ ਬਾਅਦ ਡੈਜ਼ਰਟ ਨੇਗੇ ਜਿੰਨੇ ਅਫਰੀਕਾ ਦੇ ਉਹ ਇੱਕ ਅਲੱਗ ਮੈਪ ਦੇ ਉੱਪਰ ਪਲੋਟ ਕਰੋ। ਉਸ ਤੋਂ ਬਾਅਦ ਅਫਰੀਕਾ ਦੀਆਂ ਰਿਵਰਸ ਨੇਗੀਆਂ ਉਹ ਅਲੱਗ ਮੈਪ ਤੇ ਅਫਰੀਕਾ ਦੇ ਜਿੰਨੀਆਂ ਵੀ ਲੇਕਸ ਨੇਗੀਆਂ ਉਹ ਅਲੱਗ ਮੈਪ ਦੇ ਉੱਪਰ ਪਲੋਟ ਕਰੋ ਤੇ ਸਾਰੇ ਜਿਹੜੇ ਕੰਟੀਨੈਂਟ ਦੇ ਆਪਾਂ ਮੈਪ ਕਰਦੇ ਜਾਵਾਂਗੇ ਤੁਸੀਂ ਮੈਪ ਨਾਲ ਨਾਲ ਬਣਾਉਂਦੇ ਜਾਓ ਆਪਦੇ ਘਰੇ ਪ੍ਰੈਕਟਿਸ ਕਰਕੇ ਤੇ ਉਹਨਾਂ ਸਾਰੇ ਮੈਪਸ ਨੂੰ ਕੰਪਾਈਲ ਕਰਕੇ ਇੱਕ ਤੁਸੀਂ ਬੁੱਕ ਬਣਾ ਸਕਦੇ ਹੋ, ਠੀਕ ਹੈ। ਇੱਦਾਂ ਹੀ ਤੁਹਾਨੂੰ ਮੈਪ ਯਾਦ ਹੋਣਗੇ। ਸਭ ਤੋਂ ਵਧੀਆ ਤਰੀਕਾ ਇਹ ਮੈਪਸ ਨੂੰ ਰਿਵਾਈਜ਼ ਕਰਨ ਦਾ ਤੇ ਯਾਦ ਕਰਨ ਦਾ, ਠੀਕ ਹੈ। ਸੋ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀਆਂ ਇਹ ਲੇਕਸ ਆਪਾਂ ਪੜ੍ਹੀਆਂ ਨੇ ਇਹਨਾਂ ਨੂੰ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਦੇ ਹਾਂ ਇੱਕ ਇੱਕ ਕਰਕੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਲੇਕ ਵਿਕਟੋਰੀਆ ਦੀ, ਤਾਂ ਇਹ ਅਫਰੀਕਾ ਦੀ ਲਾਰਜੈਸਟ ਲੇਕ ਹੈ ਬਾਏ ਏਰੀਆ, ਠੀਕ ਹੈ, ਤੇ ਇਹ ਵਰਲਡ ਦੀ ਲਾਰਜੈਸਟ ਟ੍ਰੋਪੀਕਲ ਲੇਕ ਹੈ। ਜੇ ਆਪਾਂ ਓਵਰਆਲ ਵਰਲਡ ਦੀ ਦੇਖੀਏ ਤਾਂ ਇਹ ਵਰਲਡ ਦੀ ਥਰਡ ਲਾਰਜੈਸਟ ਲੇਕ ਹੈ ਆਫਟਰ ਲੇਕ ਸੁਪੀਰੀਅਰ ਐਂਡ ਕੈਸਪੀਅਨ ਸੀ। ਦੇਖੋ ਜਿਹੜੀ ਲੇਕ ਸੁਪੀਰੀਅਰ ਹੈਗੀ ਇਹ ਪਹਿਲੀ ਗੱਲ ਇਹ ਨੌਰਥ ਅਮੈਰੀਕਾ ਜਿਹੜਾ ਕੰਟੀਨੈਂਟ ਹੈਗਾ ਉੱਥੇ ਪੈਂਦੀ ਹੈ, ਠੀਕ ਹੈ, ਤੇ ਇਹ ਵਰਲਡ ਦੀ ਲਾਰਜੈਸਟ ਫਰੈਸ਼ ਵਾਟਰ ਲੇਕ ਵੀ ਹੈ, ਠੀਕ ਹੈ। ਜਿਹੜੀ ਲੇਕ ਸੁਪੀਰੀਅਰ ਹੈ ਇਹ ਕੁਐਸਚਨ ਪਤਾ ਹੀ ਨਹੀਂ ਕਿੰਨੇ ਵਾਰ ਪੇਪਰ ਦੇ ਵਿੱਚ ਰਿਪੀਟ ਹੋ ਗਿਆ ਲੇਕ ਸੁਪੀਰੀਅਰ ਦੇ ਉੱਪਰ, ਠੀਕ ਹੈ। ਤੇ ਉਸ ਤੋਂ ਬਾਅਦ ਜੇ ਆਪਾਂ ਲੇਕ ਵਿਕਟੋਰੀ ਦੀ ਗੱਲ ਕਰ ਰਹੇ ਸੀਗੇ ਤਾਂ ਇਹ ਬੇਸਿਕਲੀ ਤਿੰਨ ਕੰਟਰੀਜ਼ ਦੇ ਵਿੱਚ ਬਾਰਡਰ ਸ਼ੇਅਰ ਕਰਦੀ ਹੈ, ਠੀਕ ਹੈ। ਉਹ ਤਿੰਨ ਕੰਟਰੀਜ਼ ਕਿਹੜੀਆਂ ਨੇ, ਇੱਕ ਤਾਂ ਹੈਗੇ ਜੀ ਯੁਗਾਂਡਾ, ਦੂਸਰੀ ਹੈਗੇ ਕੀਨੀਆ ਤੇ ਤੀਸਰੀ ਹੈਗੇ ਜੀ ਤੰਜ਼ਾਨੀਆ, ਠੀਕ ਹੈ। ਤੇ ਰਿਵਰ ਨਾਈਲ ਹੈਗੀ ਜਿਹੜੀ ਸਭ ਤੋਂ ਇੰਪੋਰਟੈਂਟ ਰਿਵਰ ਹੈਗੀ ਜਿਹੜੀ ਅਫਰੀਕਾ ਦੀ ਉਹਦਾ ਸੋਰਸ ਵੀ ਇਸੇ ਲੇਕ ਦੇ ਵਿੱਚੋਂ ਹੈ, ਠੀਕ ਹੈ। ਤੇ ਉਸ ਤੋਂ ਇਲਾਵਾ ਇਕੁਏਟਰ ਜਿਹੜੀ ਇਕੁਏਟਰ ਲਾਈਨ ਹੈਗੀ, ਠੀਕ ਹੈ, ਉਹ ਇਸ ਜਿਹੜੀ ਲੇਕ ਵਿਕਟੋਰੀਆ ਇਹਦੇ ਵਿੱਚੋਂ ਪਾਸ ਕਰਦੀ ਹੈ, ਠੀਕ ਹੈ। ਆ ਮੈਪ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਲੇਕ ਵਿਕਟੋਰੀਆ ਦਿਖਾਈ ਹੈ, ਠੀਕ ਹੈ। ਤਿੰਨ ਕੰਟਰੀ ਜਿਹੜੇ ਮੈਂ ਤੁਹਾਨੂੰ ਦੱਸੇ ਨੇ, ਆ ਯੁਗਾਂਡਾ ਕੰਟਰੀ ਹੈਗੀ, ਦੇਖੋ ਆਹ ਕੀਨੀਆ ਕੰਟਰੀ ਹੈ ਤੇ ਆਹ ਤੰਜ਼ਾਨੀਆ ਕੰਟਰੀ ਹੈ। ਇਹਨਾਂ ਤਿੰਨੇ ਕੰਟਰੀ ਦੇ ਵਿੱਚ ਲੇਕ ਵਿਕਟੋਰੀਆ ਆਪਣਾ ਬਾਰਡਰ ਸ਼ੇਅਰ ਕਰਦੀ ਹੈ, ਠੀਕ ਹੈ। ਤੇ ਇਸੇ ਲੇਕ ਦੇ ਵਿੱਚੋਂ ਜਿਹੜੀ ਨਾਈਲ ਰਿਵਰ ਹੈਗੀ ਉਹ ਦਾ ਸੋਰਸ ਹੈ, ਠੀਕ ਹੈ। ਇੱਥੋਂ ਹੀ ਲੇਕ ਵਿਕਟੋਰੀਆ ਦੇ ਵਿੱਚੋਂ ਜਿਹੜੀ ਨਾਈਲ ਰਿਵਰ ਹੈਗੀ ਉਹ ਨਿਕਲਦੀ ਹੈ, ਠੀਕ ਹੈ। ਘਬਰਾਉਣਾ, ਵੀਡੀਓ ਦੇ ਐਂਡ ਨੂੰ, ਵੀਡੀਓ ਨੂੰ ਐਂਡ ਤੱਕ ਧਿਆਨ ਨਾਲ ਦੇਖੋ। ਇਹ ਸਾਰੀਆਂ ਲੋਕੇਸ਼ਨ ਨੇ ਕਿ ਜਿੰਨੀਆਂ ਇਹ ਸਾਰੀਆਂ ਮੈਂ ਤੁਹਾਨੂੰ ਵੱਡੇ ਮੈਪ ਦੇ ਉੱਪਰ ਜ਼ਰੂਰ ਦਿਖਾ ਕੇ ਜਾਊਂਗਾ, ਠੀਕ ਹੈ। ਹੁਣ ਆਪਾਂ ਗੱਲ ਕਰਦੇ ਹਾਂ ਲੇਕ ਐਲਬਰਟ ਦੀ, ਠੀਕ ਹੈ। ਤਾਂ ਇਹ ਇੱਕ ਜਿਹੜਾ ਅਫਰੀਕਾ ਦਾ ਕੰਟੀਨੈਂਟ ਹੈਗਾ, ਪਹਿਲੀ ਗੱਲ ਉਹਦੇ ਸੈਂਟਰ ਦੇ ਵਿੱਚ ਲੋਕੇਟਡ ਹੈ, ਠੀਕ ਹੈ। ਇਹ ਬੇਸਿਕਲੀ ਦੋ ਕੰਟਰੀਜ਼ ਨੂੰ ਬਾਰਡਰ ਕਰਦੀ ਹੈ। ਉਹ ਕੰਟਰੀਜ਼ ਕਿਹੜੀਆਂ ਨੇ, ਇੱਕ ਤਾਂ ਹੈਗੇ ਜੀ ਯੁਗਾਂਡਾ ਤੇ ਦੂਸਰੀ ਹੈਗੀ ਜੀ ਡੈਮੋਕ੍ਰੈਟਿਕ ਰਿਪਬਲਿਕ ਆਫ ਕੋਂਗੋ। ਹੁਣ ਆਪਾਂ ਮੈਪ ਤੇ ਦੇਖਦੇ ਹਾਂ ਇਸ ਲੇਕ ਨੂੰ, ਆਹ ਦੇਖੋ ਆਹ ਲੇਕ ਵਿਕਟੋਰੀਆ, ਠੀਕ ਹੈ, ਜਿਹੜੀ ਆਪਾਂ ਪਿੱਛੇ ਪੜ ਚੁੱਕਿਆ। ਤੇ ਵਿਕਟੋਰੀਆ ਦੇ ਥੋੜਾ ਜਿਹਾ ਨਾਲ ਹੀ ਆਹ ਦੇਖੋ ਆਹ ਹੈਗੀ ਜੀ ਲੇਕ ਐਲਬਰਟ, ਯੁਗਾਂਡਾ ਕੰਟਰੀ ਆ ਹੈ ਤੇ ਯੁਗਾਂਡਾ ਦੀ ਕੈਪੀਟਲ ਹੈਗੀ ਕੰਪਾਲਾ ਤੇ ਆਹ ਹੈਗੇ ਜੀ ਡੈਮੋਕ੍ਰੈਟਿਕ ਰਿਪਬਲਿਕ ਆਫ ਕੋਂਗੋ, ਠੀਕ ਹੈ। ਇਹ ਅਲੱਗ ਕੰਟਰੀ, ਇਹਦੇ ਬਾਰੇ ਮੈਂ ਕੱਲ ਤੁਹਾਨੂੰ ਪੜ੍ਹਾ ਚੁੱਕਿਆ। ਹੁਣ ਆਪਾਂ ਗੱਲ ਕਰਦੇ ਹਾਂ ਲੇਕ ਟਾਣਾ ਦੀ, ਠੀਕ ਹੈ। ਪਹਿਲੀ ਗੱਲ ਇਹ ਜਿਹੜੇ ਇਥੋਪੀਅਨ ਹਾਈਲੈਂਡ ਜਿਨ੍ਹਾਂ ਬਾਰੇ ਮੈਂ ਕੱਲ ਤੁਹਾਨੂੰ ਦੱਸਿਆ ਸੀਗਾ, ਇਥੋਪੀਆ ਕੰਟਰੀ ਦੇ ਵਿੱਚ ਜਿਹੜੇ ਇਥੋਪੀਅਨ ਹਾਈਲੈਂਡਸ ਨੇ ਉਹਨਾਂ ਦੇ ਵਿੱਚ ਇਸ ਰਿਵਰ ਦਾ ਸੋਰਸ ਹੈਗਾ, ਲੇਕ ਇਸ ਲੇਕ ਦਾ ਸੋਰਸ ਹੈਗਾ ਲੇਕ ਟਾਣਾ ਦਾ। ਤੇ ਇਥੋਪੀਆ ਕੰਟਰੀ ਹੈ ਜਿਹੜੀ ਉਹਦੀ ਇਹ ਲਾਰਜੈਸਟ ਲੇਕ ਹੈ, ਠੀਕ ਹੈ। ਇਥੋਪੀਆ ਕੰਟਰੀ ਦੀ ਇਹ ਲਾਰਜੈਸਟ ਲੇਕ ਹੈ। ਤੇ ਇੰਪੋਰਟੈਂਟ ਗੱਲ ਇਹ ਹੈ ਜਿਹੜੀ ਲੇਕ ਟਾਣਾ ਹੈਗੀ ਇਹ ਇੱਕ ਵੋਲਕੈਨਿਕ ਐਕਟੀਵਿਟੀ ਦੇ ਥਰੂ ਫਾਰਮ ਹੋਈ ਹੈ, ਠੀਕ ਹੈ। ਹੁਣ ਦੇਖੋ ਜਿਹੜੀਆਂ ਲੇਕਸ ਨੇਗੀਆਂ ਉਹ ਵੋਲਕੈਨਿਕ ਐਕਟੀਵਿਟੀ ਦੇ ਨਾਲ ਕਿਵੇਂ ਬਣਦੀਆਂ, ਠੀਕ ਹੈ। ਤਾਂ ਤੁਹਾਨੂੰ ਮੈਂ ਦੱਸਦਾ, ਫਰਜ਼ ਕਰੋ ਕੋਈ ਵੋਲਕੈਨੋ ਇਰਪਟ ਹੋਇਆ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਵੋਲਕੈਨੋ ਇਰਪਟ ਹੋ ਜਾਂਦਾ
ਉਹਦੇ ਵਿੱਚ ਨਾ ਇੱਕ ਡਿਪਰੈਸ਼ਨ ਜਿਹਾ ਬਣ ਜਾਂਦਾ, ਠੀਕ ਹੈ, ਤੇ ਉਹ ਡਿਪਰੈਸ਼ਨ ਦੇ ਵਿੱਚ ਫਰਜ਼ ਕਰੋ ਹੁਣ ਮੀਂਹ ਪੈ ਗਿਆ ਜਾਂ ਹੋਰ ਵੀ ਕਿਸੇ ਕਾਰਨ, ਠੀਕ ਹੈ, ਉੱਥੇ ਪਾਣੀ ਭਰ ਜਾਂਦਾ ਤੇ ਉੱਥੇ ਲੇਕ ਬਣ ਜਾਂਦੇ ਨੇ, ਠੀਕ ਹੈ। ਵੋਲਕੈਨਿਕ ਐਕਟੀਵਿਟੀ ਦੇ ਨਾਲ ਜੇ ਮੈਂ ਤੁਹਾਨੂੰ ਕੋਈ ਆਪਣੇ ਇੰਡੀਆ ਦੀ ਲੇਕ ਦੱਸਾਂ ਜਿਹੜੀ ਬਣੀ ਹੋਵੇ, ਤਾਂ ਉਹ ਮਹਾਰਾਸ਼ਟਰ ਦੇ ਵਿੱਚ ਇੱਕ ਲੇਕ ਹੈ, ਉਹ ਲੇਕ ਦਾ ਨਾਮ ਹੈ ਜੀ ਲੋਨਾਰ ਲੇਕ, ਠੀਕ ਹੈ, ਉਹ ਕ੍ਰੇਟਰ ਐਕਟੀਵਿਟੀ ਦੇ ਨਾਲ ਬਣੀ ਹੈ, ਠੀਕ ਹੈ। ਉਸ ਤੋਂ ਇਲਾਵਾ 2015 ਦੇ ਵਿੱਚ ਜਿਹੜੀ ਇਹ ਲੇਕ ਟਾਣਾ, ਇਹਨੂੰ ਯੂਨੈਸਕੋ ਨੇ ਬਾਇਓਸਫੀਅਰ ਰਿਜ਼ਰਵ ਦੀ ਵੀ ਰੈਕਗਨੇਸ਼ਨ ਦਿੱਤੀ ਹੋਈ ਹੈ, ਠੀਕ ਹੈ, ਇਹਦੀ ਨੈਚੁਰਲ ਤੇ ਕਲਚਰਲ ਇੰਪੋਰਟੈਂਸ ਨੂੰ ਧਿਆਨ ਚ ਰੱਖਦੇ ਹੋਏ, ਠੀਕ ਹੈ, ਲੇਕ ਟਾਣਾ। ਆਹ ਮੈਪ ਦੇ ਵਿੱਚ ਦਿੱਤਾ, ਆਹ ਦੇਖੋ ਆਹ ਇਥੋਪੀਆ ਕੰਟਰੀ ਹੈ। ਹੁਣ ਦੇਖੋ ਆਪਾਂ ਚੱਲ ਰਹੇ ਹਾਂ ਜੀ ਅਫਰੀਕਾ ਦਾ ਜਿਹੜਾ ਈਸਟਰਨ ਪੋਰਸ਼ਨ ਹੈ ਉਧਰ, ਠੀਕ ਹੈ। ਆਹ ਦੇਖੋ ਜਿਹੜੀ ਕੰਟਰੀਜ਼ ਕੱਲ ਆਪਾਂ ਦੇਖਿਆ ਸੀਗਾ, ਆਹ ਸੁਡਾਨ ਕੰਟਰੀ ਹੈ, ਆਹ ਐਰੀਟਰੀਆ ਕੰਟਰੀ ਹੈ, ਠੀਕ ਹੈ, ਆਹ ਰੈੱਡ ਸੀ ਹੈਗਾ, ਤੇ ਆਹ ਇਥੋਪੀਆ ਕੰਟਰੀ ਹੈ, ਠੀਕ ਹੈ। ਇਥੋਪੀਆ ਕੰਟਰੀ ਪਹਿਲੀ ਗੱਲ ਲੈਂਡ ਲੋਕ ਕੰਟਰੀ ਹੈ, ਠੀਕ ਹੈ, ਇਹਦੇ ਵਿੱਚ ਇਥੋਪੀਅਨ ਹਾਈਲੈਂਡਸ ਨੇ ਤੇ ਉਹਨਾਂ ਦੇ ਵਿੱਚ ਆਹ ਦੇਖੋ ਜਿਹੜੀ ਲੇਕ ਟਾਣਾ ਇਹ ਦਿੱਤੀ ਹੈ, ਠੀਕ ਹੈ, ਇਹਦਾ ਸੋਰਸ ਆ ਹੈ ਤੇ ਇਹਦਾ ਫਲੋ ਇੱਧਰ ਨੂੰ ਜਾ ਰਿਹਾ, ਠੀਕ ਹੈ, ਸੁਡਾਨ ਵੱਲ ਨੂੰ, ਠੀਕ ਹੈ। ਹੁਣ ਆਪਾਂ ਗੱਲ ਕਰਦੇ ਹਾਂ ਅਗਲੀ ਲੇਕ, ਲੇਕ ਕਰੀਬਾ, ਠੀਕ ਹੈ। ਪਹਿਲੀ ਗੱਲ, ਇਹ ਵਰਲਡ ਦੀ ਲਾਰਜੈਸਟ ਮੈਨ ਮੇਡ ਲੇਕ ਹੈ ਐਂਡ ਰੈਜ਼ਰਵਰ ਬਾਏ ਵੋਲਿਊਮ, ਠੀਕ ਹੈ। ਜੇ ਆਪਾਂ ਵੋਲਿਊਮ ਦੀ ਗੱਲ ਕਰੀਏ ਤਾਂ ਇਹ ਵਰਲਡ ਦੀ ਲਾਰਜੈਸਟ ਮੈਨ ਮੇਡ ਲੇਕ ਹੈ, ਠੀਕ ਹੈ। ਨੈਚੁਰਲ ਲੇਕ ਤੇ ਮੈਨ ਮੇਡ ਲੇਕ ਦੇ ਵਿੱਚ ਤੁਹਾਨੂੰ ਫਰਕ ਮੈਂ ਸਮਝ ਸਕਦਾ ਵੀ ਪਤਾ ਹੋਊਗਾ, ਠੀਕ ਹੈ, ਮੈਂ ਨਹੀਂ ਸਮਝਾਉਣਾ। ਤੇ ਜਿਹੜੀ ਇਹ ਲੇਕ ਹੈਗੀ, ਇਹ ਦੋ ਕੰਟਰੀਜ਼ ਨੂੰ ਬਾਰਡਰ ਕਰਦੀ, ਠੀਕ ਹੈ। ਉਹ ਕੰਟਰੀਜ਼ ਕਿਹੜੀਆਂ ਨੇ? ਇੱਕ ਤਾਂ ਹੈਗਾ ਜੀ ਜ਼ੈਂਬੀਆ ਤੇ ਦੂਸਰੀ ਹੈਗੀ ਜੀ ਜ਼ਿੰਬਾਬਵੇ, ਠੀਕ ਹੈ। ਇਹਦਾ ਮਤਲਬ ਗੱਲ ਕੀ ਹੋ ਰਹੀ ਹੈ? ਇਹ ਜਿਹੜੀ ਲੇਕ ਹੈਗੀ, ਇਹ ਅਫਰੀਕਾ ਦਾ ਜਿਹੜਾ ਸਰਦਰਨ ਪੋਰਸ਼ਨ ਹੈਗਾ ਉੱਥੇ ਇਹ ਲੇਕ ਲੋਕੇਟਡ ਹੈ, ਕਿਉਂਕਿ ਜਿਹੜੀ ਜ਼ਿੰਬਾਬਵੇ ਤੇ ਜ਼ੈਂਬੀਆ ਕੰਟਰੀ ਨੇ ਇਹ ਅਫਰੀਕਾ ਦੇ ਸਾਊਥ ਦੇ ਵਿੱਚ ਨੇ, ਠੀਕ ਹੈ। ਉਸ ਤੋਂ ਇਲਾਵਾ ਜਿਹੜੀ ਇਹ ਲੇਕ ਹੈ, ਇਹ ਕਾਹਦੇ ਲਈ ਫੇਮਸ ਹੈ? ਇੱਥੇ ਕਮਰਸ਼ੀਅਲ ਲੈਵਲ ਤੇ ਜਿਹੜੀ ਫਿਸ਼ਿੰਗ ਹੁੰਦੀ ਹੈ, ਠੀਕ ਹੈ, ਮੱਛੀਆਂ ਫੜੀਆਂ ਜਾਂਦੀਆਂ ਨੇ, ਉਹ ਕਾਫੀ ਜ਼ਿਆਦਾ ਵੱਡੇ ਲੈਵਲ ਦੇ ਉੱਪਰ ਕਮਰਸ਼ੀਅਲ ਫਿਸ਼ਿੰਗ ਹੁੰਦੀ ਹੈ, ਠੀਕ ਹੈ। ਆਹ ਦੇਖੋ, ਆਹ ਜ਼ਿੰਬਾਬਵੇ ਕੰਟਰੀ ਹੈ ਜਿਹਦੀ ਕੈਪੀਟਲ ਹਰਾਰੇ, ਠੀਕ ਹੈ, ਨਿਊਜ਼ ਦੇ ਵਿੱਚ ਰਹਿੰਦੀ ਹੈ ਕੰਟਰੀ ਕਾਫੀ ਜ਼ਿਆਦਾ। ਤੇ ਆਹ ਮੋਜ਼ੈਂਬੀਕ ਕੰਟਰੀ ਹੈ। ਮੋਜ਼ੈਂਬੀਕ ਕੰਟਰੀ ਕਿਉਂ ਨਿਊਜ਼ 'ਚ ਹੈ? ਕਿਉਂਕਿ ਰੀਸੈਂਟਲੀ ਇੱਕ ਸਾਈਕਲੋਨ ਆਇਆ ਸੀਗਾ, ਉਹਦਾ ਨਾਮ ਸੀਗਾ ਸਾਈਕਲੋਨ ਇਡਾਈ, ਠੀਕ ਹੈ। ਉਹਨੇ ਮੋਜ਼ੈਂਬੀਕ ਦੇ ਵਿੱਚ ਕਾਫੀ ਜ਼ਿਆਦਾ ਤਬਾਹੀ ਮਚਾਈ ਸੀਗੀ। ਤੇ ਆਹ ਕੰਟਰੀ ਹੈ ਜੀ ਜ਼ੈਂਬੀਆ, ਠੀਕ ਹੈ। ਤੇ ਆਹ ਦੇਖੋ, ਆਹ ਹੈ ਜੀ ਲੇਕ, ਲੇਕ ਕਾਰੀਬਾ, ਠੀਕ ਹੈ। ਇਹ ਤੁਸੀਂ ਧਿਆਨ 'ਚ ਰੱਖੋ, ਇਹ ਜ਼ੈਂਬੀਆ ਤੇ ਜ਼ਿੰਬਾਬਵੇ ਇਹਨਾਂ ਦੋਵੇਂ ਕੰਟਰੀਜ਼ ਨੂੰ ਬਾਰਡਰ ਕਰਦੀ ਹੈ। ਤੇ ਇਸ ਤੋਂ ਬਾਅਦ ਆ ਗਈ ਜੀ ਲੇਕ ਚੈਡ, ਠੀਕ ਹੈ। ਦੇਖੋ ਚੈਡ ਕੰਟਰੀ ਹੈ ਪਹਿਲੀ ਗੱਲ, ਉਹ ਕਿੱਥੇ ਹੈ? ਉਹ ਅਫਰੀਕਾ ਦਾ ਜਿਹੜਾ ਨਾਰਦਰਨ ਪੋਰਸ਼ਨ ਹੈਗਾ, ਠੀਕ ਹੈ, ਜਿਹੜੇ ਮੈਂ ਤੁਹਾਨੂੰ ਦੱਸਿਆ ਸੀਗਾ ਮਾਲੀ, ਚੈਡ, ਨਾਈਜਰ, ਠੀਕ ਹੈ, ਮੋਰਟੈਨੀਆ, ਇਹਨਾਂ ਕੰਟਰੀ ਜਿਹੜੇ ਉੱਪਰ ਅਫਰੀਕਾ ਦੇ ਨਾਰਥ ਵੱਲ ਨੇ, ਉੱਧਰ ਹੈਗੀ ਇਹ ਚੈਡ ਕੰਟਰੀ, ਠੀਕ ਹੈ। ਸੋ ਇਹ ਚੈਡ ਦੀ ਲਾਰਜੈਸਟ ਫਰੈਸ਼ ਵਾਟਰ ਲੇਕ ਹੈਗੀ, ਠੀਕ ਹੈ। ਇਹ ਇੱਕ ਰਾਮਸਰ ਸਾਈਟ ਵੀ ਹੈ, ਠੀਕ ਹੈ, ਰਾਮਸਰ, ਤੇ ਇੰਟਰਨੈਸ਼ਨਲ ਇੰਪੋਰਟੈਂਸ ਦਾ ਇੱਕ ਵੈਟਲੈਂਡ ਵੀ ਹੈ ਇਹ ਲੇਕ ਚੈਡ, ਠੀਕ ਹੈ। ਆਹ ਦੇਖੋ, ਆਹ ਅਫਰੀਕਾ ਜਿਹੜੇ ਨਾਰਦਰਨ ਪੋਰਸ਼ਨ ਦੇ ਕੰਟਰੀਜ਼ ਆ ਗਏ, ਠੀਕ ਹੈ। ਆਹ ਲੀਬੀਆ ਕੰਟਰੀ ਹੈਗੀ, ਆਹ ਅਲਜੀਰੀਆ, ਆਹ ਨਾਈਜਰ, ਤੇ ਆਹ ਚੈਡ, ਠੀਕ ਹੈ। ਆਹ ਜੀ ਲੇਕ ਚੈਡ ਜਿੱਥੇ ਮੇਰਾ ਕਰਸਰ ਘੁੰਮ ਰਿਹਾ, ਠੀਕ ਹੈ, ਇਹ ਚੈਡ ਦੇ ਵਿੱਚ ਹੈ, ਠੀਕ ਹੈ, ਫਰੈਸ਼ ਵਾਟਰ ਲੇਕ ਹੈਗੀ ਇਹ। ਉਸ ਤੋਂ ਬਾਅਦ ਆ ਗਈ ਜੀ ਲੇਕ ਮਲਾਵੀ, ਠੀਕ ਹੈ। ਮਲਾਵੀ ਲੇਕ, ਪਹਿਲੀ ਗੱਲ ਮਲਾਵੀ ਕੰਟਰੀ ਹੈਗੀ, ਉਹ ਵੀ ਅਫਰੀਕਾ ਦੇ ਮੋਸਟ ਜਿਹੜਾ ਸਦਰਨ ਪੋਰਸ਼ਨ ਹੈਗਾ ਉੱਧਰ ਹੈਗੇ, ਠੀਕ ਹੈ। ਤੇ ਇਹ ਤਿੰਨ ਕੰਟਰੀ ਦੇ ਵਿੱਚ ਲੋਕੇਟਡ ਹੈ। ਉਹ ਕੰਟਰੀਜ਼ ਕਿਹੜੀਆਂ ਨੇ? ਇੱਕ ਤਾਂ ਹੈਗੀ ਜੀ ਮਲਾਵੀ, ਦੂਸਰੀ ਮੋਜ਼ਾਂਬਿਕ, ਤੇ ਤੀਸਰੀ ਹੈਗੀ ਜੀ ਤਨਜ਼ਾਨੀਆ। ਤੇ ਇਹ ਵਰਲਡ ਦੀ ਫੋਰਥ ਲਾਰਜੈਸਟ ਫਰੈਸ਼ ਵਾਟਰ ਲੇਕ ਹੈ ਬਾਏ ਵੋਲਿਊਮ, ਠੀਕ ਹੈ। ਵੋਲਿਊਮ ਦੇ ਹਿਸਾਬ ਨਾਲ ਇਹ ਦੁਨੀਆ ਦੀ ਫੋਰਥ ਲਾਰਜੈਸਟ ਫਰੈਸ਼ ਵਾਟਰ ਲੇਕ ਹੈ, ਠੀਕ ਹੈ। ਤੇ ਇਹਦੇ ਵਿੱਚ ਇੱਕ ਮਲਾਵੀ ਨੈਸ਼ਨਲ ਪਾਰਕ ਵੀ ਲੋਕੇਟਡ ਹੈਗਾ ਇਸ ਲੇਕ ਦੇ ਜਿਹੜਾ ਸਦਰਨ ਐਂਡ ਹੈ ਉੱਥੇ, ਠੀਕ ਹੈ। ਮੈਪ ਦੇ ਵਿੱਚ ਆਪਾਂ ਹੁਣ ਆਪਾਂ ਦੇਖਦੇ ਇਹਨੂੰ, ਆਹ ਦੇਖੋ, ਆਹ ਕੰਟਰੀ ਹੈ ਤਨਜ਼ਾਨੀਆ ਜਿਹਦੀ ਕੈਪੀਟਲ ਹੈਗੀ ਡੋਡੋਮਾ, ਆਹ ਮੋਜ਼ਾਂਬਿਕ ਇੱਕ ਕੰਟਰੀ ਹੈ, ਤੇ ਆਹ ਹੈਗਾ ਜੀ ਜ਼ੈਂਬੀਆ ਕੰਟਰੀ, ਠੀਕ ਹੈ। ਤੇ ਆਹ ਹੈਗੇ ਜੀ ਲੇਕ ਮਲਾਵੀ, ਠੀਕ ਹੈ। ਮਲਾਵੀ ਕੰਟਰੀ ਕਾਫੀ ਨਿਊਜ਼ ਹੈ, ਕਿਉਂਕਿ ਇੱਕ ਤਾਂ ਇਹਨਾਂ ਨੇ ਜਿਹੜੀ ਮਲੇਰੀਆ ਦੀ ਵੈਕਸੀਨ ਹੈਗੀ, ਠੀਕ ਹੈ, ਮੋਸਕਿਊਰੈਕਸ, ਜਿਹੜੀ ਆਪਾਂ ਪਿੱਛੇ ਪੜ ਚੁੱਕੇ, ਮਹੀਨਾ ਡੇਢ ਮਹੀਨਾ ਪਹਿਲਾਂ ਲਾਂਚ ਕਰੀ ਸੀ, ਉਹ ਮਲਾਵੀ ਕੰਟਰੀ ਦੇ ਵਿੱਚ ਲਾਂਚ ਕਰੀ ਸੀਗੀ। ਤੇ ਉਸ ਤੋਂ ਇਲਾਵਾ ਮਲਾਵੀ ਦਾ ਇੱਕ ਸੋਲਜਰ ਸੀਗਾ, ਉਹਦਾ ਨਾਮ ਸੀਗਾ ਚੈਂਸੀ ਚਿਲੇਟ, ਠੀਕ ਹੈ। ਉਹਦੀ ਹੁਣ ਤਾਂ ਡੈਥ ਹੋ ਗਈ, ਠੀਕ ਹੈ। ਉਹਨੂੰ US ਦਾ ਜਿਹੜਾ ਹਾਈਐਸਟ ਪੀਸ ਕੀਪਿੰਗ ਦਾ ਜਿਹੜਾ ਮਤਲਬ ਸਨਮਾਨ ਹੈਗਾ, ਅਵਾਰਡ ਹੈਗਾ, ਉਹਦੇ ਨਾਲ ਸਨਮਾਨ ਹੈਗਾ, ਠੀਕ ਹੈ। ਸੋ ਮਲਾਵੀ ਕੰਟਰੀ ਦੇ ਨਾਲ ਜਿੰਨੇ ਵੀ ਇੰਪੋਰਟੈਂਟ ਲੋਕੇਸ਼ਨ ਬਣਦੀਆਂ ਜੀਓਗ੍ਰਾਫਿਕ ਦੇ ਪੁਆਇੰਟ ਆਫ ਵਿਊ ਦੇ ਨਾਲ, ਉਹ ਸਾਰੀਆਂ ਅੱਜ ਆਪਾਂ ਕੰਪਲੀਟ ਕਰ ਲਈਏ, ਠੀਕ ਹੈ। ਹੁਣ ਆਪਾਂ ਗੱਲ ਕਰਦੇ ਹਾਂ ਸਭ ਤੋਂ ਇੰਪੋਰਟੈਂਟ ਲੇਕ ਜਿਹੜੀ ਅਫਰੀਕਾ ਦੀ ਹੈ, ਉਹ ਹੈਗਾ ਜੀ ਲੇਕ ਟੰਗਨਾਇਕਾ, ਠੀਕ ਹੈ। ਪਹਿਲੀ ਗੱਲ, ਲੇਕ ਟੰਗਨਾਇਕਾ ਜਿਹੜੀ ਇਹ ਅਫਰੀਕਾ ਦੀ ਡੀਪੈਸਟ ਲੇਕ ਹੈ, ਠੀਕ ਹੈ। ਇਹ ਫੈਕਟ ਤੁਸੀਂ ਧਿਆਨ 'ਚ ਰੱਖਿਓ, ਅਫਰੀਕਾ ਦੀ ਇਹ ਡੀਪੈਸਟ ਲੇਕ ਹੈ। ਤੇ ਇਹ ਜਿਹੜੀ ਲੇਕ ਹੈਗੀ, ਇਹ ਚਾਰ ਕੰਟਰੀ ਦੇ ਵਿੱਚ ਵੰਡੀ ਹੋਈ ਹੈ, ਠੀਕ ਹੈ। ਉਹ ਚਾਰ ਕੰਟਰੀਜ਼ ਕਿਹੜੀਆਂ ਨੇ? ਇੱਕ ਤਾਂ ਹੈਗੇ ਤਨਜ਼ਾਨੀਆ, ਦੂਸਰੀ ਹੈਗੇ ਡੈਮੋਕ੍ਰੇਟਿਕ ਰਿਪਬਲਿਕ ਆਫ ਕੋਂਗੋ, ਤੀਸਰੀ ਕੰਟਰੀ ਹੈਗੇ ਬੁਰੁੰਡੀ, ਤੇ ਚੌਥੀ ਲਾਸਟ ਕੰਟਰੀ ਹੈਗੇ ਜ਼ੈਂਬੀਆ, ਠੀਕ ਹੈ। ਇਹਨਾਂ ਚਾਰ ਕੰਟਰੀ ਦੇ ਵਿੱਚ ਇਹ ਲੇਕ ਹੈਗੀ ਜਿਹੜੀ ਇਹ ਡਿਵਾਈਡਡ ਹੈ, ਠੀਕ ਹੈ। ਇਹ ਜਿਹੜੀ ਲੇਕ ਹੈਗੀ, ਇਹਦਾ ਜਿਹੜਾ ਪਾਣੀ ਹੈਗਾ ਉਹ ਕੋਂਗੋ ਰਿਵਰ ਦੇ ਵਿੱਚ ਜਾਂਦਾ, ਤੇ ਫਾਈਨਲੀ ਇਹ ਜਿਹੜੀ ਲੇਕ ਦਾ ਪਾਣੀ ਕੋਂਗੋ ਰਿਵਰ ਦੇ ਵਿੱਚ ਜਾਣ ਤੋਂ ਬਾਅਦ ਐਟਲਾਂਟਿਕ ਓਸ਼ਨ ਹੈਗਾ ਜਿਹੜਾ ਅਫਰੀਕਾ ਦੇ ਜਿਹੜਾ ਵੈਸਟਰਨ ਸਾਈਡ ਦੇ ਵਿੱਚ ਪੈਂਦਾ ਹੈ, ਉਹਦੇ ਵਿੱਚ ਇਹ ਪਾਣੀ ਜਾ ਕੇ ਡਰੇਨ ਹੋ ਜਾਂਦਾ, ਠੀਕ ਹੈ। ਹੁਣ ਆਪਾਂ ਚੱਲਦੇ ਮੈਪ ਦੇ ਵਿੱਚ, ਆਹ ਦੇਖੋ
ਹੁਣ ਆਪਾਂ ਗੱਲ ਕਰਦੇ ਲੇਕਸ ਤਾਂ ਅਫਰੀਕਾ ਦੇ ਜਿੰਨੇ ਸੀ ਉਹ ਸਾਰੀਆਂ ਕੰਪਲੀਟ ਹੋ ਗਈਆਂ। ਹੁਣ ਆਪਾਂ ਗੱਲ ਕਰਦੇ ਹਾਂ ਅਫਰੀਕਾ ਦੇ ਵਿੱਚ ਜਿੰਨੇ ਵੀ ਇੰਪੋਰਟੈਂਟ ਗਲਫਸ ਨੇਗੀਆਂ, ਠੀਕ ਹੈ, ਆਪਾਂ ਉਹਨਾਂ ਸਾਰਿਆਂ ਬਾਰੇ ਚਰਚਾ ਕਰਦੇ ਹਾਂ। ਸਭ ਤੋਂ ਪਹਿਲਾਂ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਨੂੰ ਇਹ ਪਤਾ ਡਿਫਰੈਂਸ ਪਤਾ ਹੋਣਾ ਚਾਹੀਦਾ ਵੀ ਗਲਫ ਕੀ ਹੁੰਦੀ ਹੈ ਤੇ ਕਰੀਕ ਕੀ ਹੁੰਦੀ ਹੈ। ਠੀਕ ਹੈ, ਦੇਖੋ ਆਪਾਂ ਪਹਿਲਾਂ ਇਹ ਜਿਹੜੀ ਡੈਫੀਨੇਸ਼ਨ ਦਿੱਤੀ ਹੈ ਆਪਾਂ ਇਹ ਪੜ੍ਹਦੇ ਹਾਂ, ਫਿਰ ਤੁਹਾਨੂੰ ਮੈਂ ਆਸਾਨ ਸ਼ਬਦਾਂ ਵਿੱਚ ਸਮਝਾਉਣਾ। ਗਲਫ ਦੀ ਡੈਫੀਨੇਸ਼ਨ ਇਹ ਹੈ, ਕਹਿੰਦੇ ਇਹ ਡੀਪ ਇਨਲੈਟ ਆਫ ਦਾ ਸੀ ਆਲਮੋਸਟ ਸਰਾਊਂਡਡ ਬਾਈ ਲੈਂਡ ਵਿਦ ਏ ਨੈਰੋ ਮਾਊਥ। ਠੀਕ ਹੈ, ਕਿਸੇ ਪਾਸੇ ਜਦੋਂ ਸੀ ਹੈਗਾ, ਸੀ ਜਦੋਂ ਲੈਂਡ ਵੱਲ ਨੂੰ, ਠੀਕ ਹੈ, ਮਤਲਬ ਉਹ ਉਹਦੇ ਜੇ ਫਰਜ਼ ਕਰੋ ਕੋਈ ਸੀ ਨੂੰ ਲੈਂਡ ਨੂੰ ਆਲਮੋਸਟ ਉਹਦੇ ਚਾਰੇ ਪਾਸੇ ਜੇ ਧਰਤੀ ਹੈ, ਠੀਕ ਹੈ, ਉਹ ਧਰਤੀ ਉਹਨੂੰ ਸੀ ਨੂੰ ਸਰਾਊਂਡ ਕਰ ਲੈ, ਠੀਕ ਹੈ, ਤੇ ਸੀ ਨੈਰੋ ਹੁੰਦਾ ਜਾਵੇ ਉਹ ਪੋਰਸ਼ਨ ਨੂੰ ਕਹਿੰਦੇ ਨੇ ਗਲਫ। ਠੀਕ ਹੈ, ਹੁਣ ਗੱਲ ਕਰਦੇ ਕਰੀਕ ਦੀ। ਦੇਖੋ ਕਰੀਕ ਤੇ ਗਲਫ 'ਚ ਕੀ ਫਰਕ ਹੁੰਦਾ, ਕਰੀਕ ਦੀ ਜਿਹੜੀ ਮਤਲਬ ਵਿਡਥ ਹੁੰਦੀ ਹੈ, ਠੀਕ ਹੈ, ਉਹ ਗਲਫ ਨਾਲੋਂ ਕਾਫੀ ਜ਼ਿਆਦਾ ਪਤਲੀ ਹੁੰਦੀ ਹੈ। ਠੀਕ ਹੈ, ਤੁਹਾਨੂੰ ਮੈਂ ਮੈਪ ਤੋਂ ਸਮਝਾਉਣਾ, ਉੱਥੋਂ ਤੁਹਾਨੂੰ ਸਾਰਿਆਂ ਨੂੰ ਜ਼ਿਆਦਾ ਵਧੀਆ ਸਮਝ ਆਊਗਾ। ਦੇਖੋ ਆਪਾਂ ਗੁਜਰਾਤ ਦੀ ਗੱਲ ਕਰਦੇ ਹਾਂ, ਠੀਕ ਹੈ, ਆਹ ਰਨ ਆਫ ਕੱਛ ਵਾਲਾ ਆਪਣਾ ਏਰੀਆ ਤੇ ਆਹ ਦੇਖੋ ਆਹ ਹੈ ਜੀ ਗਲਫ ਆਫ ਕੱਛ, ਆਹ ਦੇਖੋ ਆਹ ਸੀ ਹੈਗਾ, ਕਿਹੜਾ ਸੀ ਹੈ, ਅਰੇਬੀਅਨ ਸੀ ਹੈ। ਇਹ ਅਰੇਬੀਅਨ ਸੀ ਜਦੋਂ ਇੱਥੇ ਨੈਰੋ ਹੁੰਦਾ ਜਾਂਦਾ, ਠੀਕ ਹੈ, ਕਿਉਂਕਿ ਇਹਦੇ ਚਾਰੇ ਪਾਸੇ ਆ ਗਈ ਲੈਂਡ ਰੂਮ, ਠੀਕ ਹੈ, ਤੇ ਇਹ ਨੈਰੋ ਹੁੰਦਾ ਜਾਂਦਾ ਤੇ ਇੱਕ ਮਾਊਥ ਜਿਹਾ ਬਣ ਜਾਂਦਾ, ਉਹਨੂੰ ਕਹਿੰਦੇ ਨੇ ਗਲਫ। ਠੀਕ ਹੈ, ਤੇ ਆਹ ਦੇਖੋ ਜਿੱਥੇ ਕਰਸਰ ਘੁੰਮ ਰਿਹਾ ਇਹਨੂੰ ਕਹਿੰਦੇ ਨੇ ਕਰੀਕ। ਠੀਕ ਹੈ, ਕਰੀਕ ਗਲਫ ਨਾਲੋਂ ਇਹ ਫਰਕ ਹੁੰਦਾ ਕਰੀਕ ਦੇ ਵਿੱਚ, ਕਿਉਂਕਿ ਇਹਦਾ ਜਿਹੜਾ ਮਤਲਬ ਥਿਕਨੈਸ ਹੁੰਦੀ ਹੈ, ਠੀਕ ਹੈ, ਇਹ ਗਲਫ ਨਾਲੋਂ ਕਾਫੀ ਜ਼ਿਆਦਾ ਨਹਿਰ ਹੁੰਦੀ ਹੈ, ਇੱਕ ਨਹਿਰੋ ਸਟ੍ਰਿਪ ਹੁੰਦੀ ਹੈ, ਤੇ ਇਹ ਕਾਫੀ ਜ਼ਿਆਦਾ ਡੀਪ ਚਲੀ ਜਾਂਦੇ। ਠੀਕ ਹੈ, ਤੇ ਜਿੰਨੇ ਵੀ ਇਹ ਮਾਰਸ਼ੀ ਏਰੀਆਜ਼ ਹੁੰਦੇ ਨੇ ਇਹ ਜ਼ਿਆਦਾਤਰ ਉੱਥੇ ਬਣਦੇ। ਠੀਕ ਹੈ, ਜਿਵੇਂ ਰਨ ਆਫ ਕੱਛ ਦਾ ਏਰੀਆ ਇਹ ਇੱਕ ਮਾਰਸ਼ੀ ਏਰੀਆ, ਤੇ ਆਹ ਦੇਖੋ ਆਹ ਜਿਹੜੀ ਕਰੀਕ ਹੈ ਇਹ ਇੱਥੇ। ਠੀਕ ਹੈ, ਇਹ ਕਰੀਕ ਕਾਫੀ ਇੰਪੋਰਟੈਂਟ ਹੈ ਕਿਉਂਕਿ ਇਹ ਕਰੀਕ ਦਾ ਨਾਮ ਹੈ ਜੀ ਸਰ ਕਰੀਕ। ਠੀਕ ਹੈ, ਇਹ ਸਰ ਕਰੀਕ ਇੰਡੀਆ ਦੀ ਇਹ ਕਾਫੀ ਜ਼ਿਆਦਾ ਨਿਊਜ਼ ਦੇ ਵਿੱਚ ਰਹਿੰਦੇ। ਠੀਕ ਹੈ, ਕਿਉਂ, ਕਿਉਂਕਿ ਦੇਖੋ ਇੰਡੀਆ ਤੇ ਪਾਕਿਸਤਾਨ ਦਾ ਇਸ ਕਰੀਕ ਨੂੰ ਲੈ ਕੇ ਰੌਲਾ ਚੱਲਦਾ। ਠੀਕ ਹੈ, ਕਿਉਂ, ਕਿਉਂਕਿ ਪਾਕਿਸਤਾਨ ਕਹਿੰਦਾ ਇਹ ਕਰੀਕ ਸਾਨੂੰ ਮਤਲਬ ਸਾਡੇ ਜੁਰੀਡਿਕਸ਼ਨ ਦੇ ਅੰਡਰ ਆਉਂਦੀ ਹੈ, ਤੇ ਇੰਡੀਆ ਕਹਿੰਦਾ ਸਾਡੇ ਜੁਰੀਡਿਕਸ਼ਨ ਦੇ ਅੰਡਰ ਆਉਂਦੀ। ਠੀਕ ਹੈ, ਕਿਉਂਕਿ ਇੰਡੀਆ ਇਸ ਕਰੀਕ ਨੂੰ ਕਿਉਂ ਨਹੀਂ ਦੇਣਾ ਚਾਹੁੰਦਾ ਪਾਕਿਸਤਾਨ ਨੂੰ, ਕਿਉਂਕਿ ਦੇਖੋ ਆਪਣੇ ਇੰਡੀਆ ਜਿਹੜਾ ਨੌਟੀਕਲ ਮਾਈਲ ਦਾ ਏਰੀਆ, ਆਹ ਦੇਖੋ ਕਰੀਕ ਜਦੋਂ ਇਹ ਕਰੀਕ ਹੈ ਇਹ ਇੱਧਰ ਨੂੰ ਫੈਲਦੀ ਹੈ ਨਾ, ਤਾਂ ਇਹਦਾ ਏਰੀਆ ਵੀ ਇੰਡੀਆ ਦੇ ਅੰਡਰ ਆ ਜਾਂਦਾ, ਤੇ ਇੱਥੇ ਜਿਹੜੇ ਪੈਟਰੋਲੀਅਮ ਦੇ ਰਿਜ਼ਰਵ ਨੇਗੇ ਉਹ ਕਾਫੀ ਜ਼ਿਆਦਾ ਨੇ। ਠੀਕ ਹੈ, ਸੋ ਇੰਡੀਆ ਆਪਣੇ ਜਿਹੜੇ ਰਿਜ਼ਰਵ ਨੇਗੇ, ਠੀਕ ਹੈ, ਜਿਹੜੇ ਵੀ ਥੋੜੇ ਬਹੁਤ ਹੈਗੇ ਨੇ ਉਹ ਪਾਕਿਸਤਾਨ ਨੂੰ ਨਹੀਂ ਦੇਣਾ ਚਾਹੁੰਦਾ, ਸੋ ਜਿਹੜੀ ਸਰ ਕਰੀਕ ਹੈ ਉਹ ਆਪਣੇ ਇੰਡੀਆ ਦੇ ਜੁਰੀਡਿਕਸ਼ਨ ਦੇ ਵਿੱਚ ਆਉਂਦੀ ਹੈ। ਠੀਕ ਹੈ, ਸੋ ਆਹ ਸਰ ਕਰੀਕ ਹੈ, ਇਹ ਫਰਕ ਹੁੰਦਾ ਜੀ ਕਰੀਕ ਤੇ ਗਲਫ ਦੇ ਵਿੱਚ। ਹੁਣ ਆਪਾਂ ਗੱਲ ਕਰਦੇ ਹਾਂ ਅਫਰੀਕਾ ਦੇ ਵਿੱਚ ਕਿਹੜੀਆਂ ਕਿਹੜੀਆਂ ਗਲਫਸ ਨੇ। ਸਭ ਤੋਂ ਪਹਿਲੀ ਆ ਗਈ ਇੰਪੋਰਟੈਂਟ ਗਲਫ, ਗਲਫ ਆਫ ਏਡਨ। ਠੀਕ ਹੈ, ਇਹਨੂੰ ਗਲਫ ਆਫ ਬਾਰਬੇਰਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ। ਠੀਕ ਹੈ, ਇਹ ਜਿਹੜੀ ਗਲਫ ਹੈਗੀ ਇਹਦੇ ਨਾਰਥ ਦੇ ਵਿੱਚ ਹੈਗੀ ਯਮਨ ਕੰਟਰੀ, ਠੀਕ ਹੈ, ਤੇ ਅਰੇਬੀਅਨ ਸੀ ਇਹਦੇ ਈਸਟ ਦੇ ਵਿੱਚ ਹੈ, ਸੋਮਾਲੀਆ ਕੰਟਰੀ ਹੈਗੀ ਜਿਹੜੀ ਇਹਦੇ ਸਾਊਥ ਦੇ ਵਿੱਚ ਹੈ, ਤੇ ਜਿਬੂਟੀ ਕੰਟਰੀ ਹੈਗੀ ਉਹ ਇਹਦੇ ਵੈਸਟ ਦੇ ਵਿੱਚ ਹੈ। ਮੈਂ ਤੁਹਾਨੂੰ ਮੈਪ ਦੇ ਵਿੱਚ ਵੀ ਦਿਖਾਉਂਗਾ, ਕਿਉਂ ਚਿੰਤਾ ਕਰਦੇ ਹੋ। ਠੀਕ ਹੈ, ਉਸ ਤੋਂ ਬਾਅਦ ਗਲਫ ਆਫ ਐਡਮ, ਇੱਥੋਂ ਜਿਹੜੇ ਪੈਟਰੋਲੀਅਮ ਮਤਲਬ ਜਿਹੜਾ ਰੂਟ ਦੇ ਇਹ ਰੂਟ ਦੇ ਥਰੂ ਜਿਹੜਾ ਪੈਟਰੋਲੀਅਮ ਹੈਗਾ ਸ਼ਿਪਸ ਜਾਂਦੇ ਨੇ ਉਹ ਇਹ ਰੂਟ ਦੇ ਥਰੂ ਜਾਂਦੇ ਆ। ਠੀਕ ਹੈ, ਆਹ ਦੇਖੋ ਹੁਣ ਆਪਾਂ ਮੈਪ ਦੇ ਵਿੱਚ ਦੇਖਦੇ ਹਾਂ, ਆਹ ਜੀ ਗਲਫ ਆਫ ਐਡਨ। ਠੀਕ ਹੈ, ਆਹ ਕੰਟਰੀ ਸੋਮਾਲੀਆ, ਹਾਰਨ ਆਫ ਅਫਰੀਕਾ ਦੀ ਗੱਲ ਕਰ ਰਿਹਾ। ਠੀਕ ਹੈ, ਦੇਖੋ ਕੱਲ ਨਾ ਇੱਕ ਮਿਸਪ੍ਰਿੰਟ ਹੋ ਗਿਆ ਸੀਗਾ, ਹਾਰਨ ਆਫ ਅਫਰੀਕਾ ਦੇ ਵਿੱਚ ਇੱਕ ਕੰਟਰੀ ਕੀਨੀਆ ਐਡ ਕਰਤੀ ਸੀਗੀ, ਉਹ ਗਲਤ ਹੈਗੀ, ਕੀਨੀਆ ਨਹੀਂ ਹੈਗੀਆ। ਹਾਰਨ ਆਫ ਅਫਰੀਕਾ ਦੇ ਵਿੱਚ ਕਿਹੜੀ ਕਿਹੜੀ ਕੰਟਰੀਜ਼ ਨੇ, ਇੱਕ ਤਾਂ ਹੈਗੀ ਆ ਸੋਮਾਲੀਆ ਕੰਟਰੀ, ਦੂਸਰੀ ਹੈਗੀ ਇਥੋਪੀਆ, ਤੀਸਰੀ ਜਿਬੂਟੀ, ਤੇ ਚੌਥੀ ਹੈਗੀ ਆ ਐਰੀਟਰੀਆ ਕੰਟਰੀ। ਠੀਕ ਹੈ, ਇਹ ਚਾਰ ਕੰਟਰੀਜ਼ ਨੇ ਹਾਰਨ ਆਫ ਅਫਰੀਕਾ ਦੇ ਵਿੱਚ। ਠੀਕ ਹੈ, ਤੇ ਆਹ ਹੈਗੇ ਜੀ ਗਲਫ ਆਫ ਏਡਨ। ਠੀਕ ਹੈ, ਤੇ ਇਹਦੇ ਨਾਰਥ ਦੇ ਵਿੱਚ ਆਹ ਦੇਖੋ ਆਹ ਹੈਗੇ ਯਮਨ ਕੰਟਰੀ, ਤੇ ਆਹ ਇੱਕ ਸਟ੍ਰੇਟ ਹੈਗੀ ਇਹ ਬਾਬੇ ਮੰਡੇ ਸਟ੍ਰੇਟ ਹੈ। ਸਟੇਟਸ ਬਾਰੇ ਆਪਾਂ ਹੁਣੇ ਥੋੜੇ ਟਾਈਮ ਬਾਅਦ ਪੜ੍ਹਦੇ ਹਾਂ। ਠੀਕ ਹੈ, ਤੇ ਆਹ ਜਿਬੂਟੀ ਕੰਟਰੀ ਹੈ, ਤੇ ਆਹ ਰੈੱਡ ਸੀ ਹੈਗਾ, ਤੇ ਆਹ ਅਰੇਬੀਅਨ ਸੀ ਹੈ। ਠੀਕ ਹੈ, ਦੇਖੋ ਆਹ ਆਈਲੈਂਡ ਹੈਗਾ ਜਿੱਥੇ ਮੇਰਾ ਕਰਸਰ ਘੁੰਮ ਰਿਹਾ, ਇਹ ਆਈਲੈਂਡ ਦਾ ਨਾਮ ਹੈਗਾ ਸਕੋਤਰਾ ਆਈਲੈਂਡ। ਇਹ ਜਿਹੜੀ ਆਹ ਯਮਨ ਕੰਟਰੀ ਹੈ ਇਹਦੀ ਟੈਰੀਟਰੀ ਹੈ ਸਕੋਤਰਾ ਆਈਲੈਂਡ। ਇਹ ਆਈਲੈਂਡ ਪਿਛਲੇ ਸਾਲ ਕਾਫੀ ਜ਼ਿਆਦਾ ਨਿਊਜ਼ ਦੇ ਵਿੱਚ ਸੀਗਾ, ਕਿਉਂ, ਕਿਉਂਕਿ ਇੱਥੇ ਨਾ ਇੱਕ ਸਾਈਕਲੋਨ ਆਇਆ ਸੀਗਾ, ਉਹ ਸਾਈਕਲੋਨ ਦਾ ਨਾਮ ਸੀਗਾ ਸਾਈਕਲੋਨ ਮੇਕਨੂ। ਠੀਕ ਹੈ, ਸੋ ਆਪਣੇ ਇੰਡੀਆ ਦੇ ਕੰਟੈਸਟ 'ਚ ਇਹ ਆਈਲੈਂਡ ਕਿਉਂ ਇੰਪੋਰਟੈਂਟ ਹੈ, ਕਿਉਂਕਿ ਆਪਣੇ ਇੰਡੀਆ ਨੇ ਇੱਕ ਆਪਰੇਸ਼ਨ ਲਾਂਚ ਕਰਿਆ ਸੀਗਾ, ਜਿਹੜੇ ਇਸ ਆਈਲੈਂਡ ਦੇ ਵਿੱਚ ਆਪਣੇ ਇੰਡੀਆ ਦੇ ਲੋਕ ਫਸ ਗਏ ਸੀਗੇ ਉਹਨਾਂ ਨੂੰ ਰੈਸਕਿਊ ਕਰਨ ਦੇ ਲਈ, ਤੇ ਉਸ ਆਈਲੈਂਡ ਦਾ ਮਤਲਬ ਉਸ ਆਪਰੇਸ਼ਨ ਦਾ ਨਾਮ ਕੀ ਰੱਖਿਆ ਸੀ ਇੰਡੀਆ ਨੇ, ਉਹਦਾ ਨਾਮ ਸੀਗਾ ਆਪਰੇਸ਼ਨ ਨਿਸਤਾਰ। ਠੀਕ ਹੈ, ਇੰਡੀਆ ਨੇ ਇੱਕ ਸ਼ਿਪ ਭੇਜੀ ਸੀ INS ਸੁਨੈਨਾ, ਉਹ ਭੇਜੀ ਸੀ ਜਿਹੜੇ ਆਪਣੇ ਲੋਕ ਇਸ ਆਈਲੈਂਡ ਦੇ ਵਿੱਚ ਫਸੇ ਹੋਏ ਸੀਗੇ ਉਹਨਾਂ ਸਾਰੇ ਲੋਕਾਂ ਨੂੰ ਰੈਸਕਿਊ ਕਰਨ ਦੇ ਲਈ। ਸੋ ਜਿਹੜਾ ਸਕੋਤਰਾ ਆਈਲੈਂਡ ਹੈ ਇਹ ਤੁਸੀਂ ਧਿਆਨ 'ਚ ਰੱਖਿਓ, ਪਹਿਲੀ ਗੱਲ ਇਹ ਯਮਨ ਦੀ ਟੈਰੀਟਰੀ ਹੈ, ਤੇ ਇਹ ਗਲਫ ਆਫ ਐਡਨ ਹੈਗੀ ਜਿਹੜੀ ਉਹਦੇ ਲਾਗੇ ਪੈਂਦਾ। ਠੀਕ ਹੈ, ਇਹ ਲੋਕੇਸ਼ਨ ਕਾਫੀ ਜ਼ਿਆਦਾ ਇੰਪੋਰਟੈਂਟ ਹੈ, ਤੁਹਾਡੇ ਤੋਂ ਸਕੋਤਰਾ ਆਈਲੈਂਡ ਬਾਰੇ ਵੀ ਪੁੱਛ ਸਕਦੇ। ਠੀਕ ਹੈ, ਆਹ ਸੋਮਾਲੀਆ ਕੰਟਰੀਜ਼ ਬਾਰੇ ਆਪਾਂ ਗੱਲ ਕਰੀਏ, ਇੱਕ ਕਰਪਸ਼ਨ ਦਾ ਇੰਡੈਕਸ ਆਉਂਦਾ। ਠੀਕ ਹੈ, ਹਰ ਸਾਲ ਆਉਂਦਾ। ਠੀਕ ਹੈ, ਕਰਪਸ਼ਨ ਦਾ ਇੰਡੈਕਸ ਆਪਾਂ ਪੜ੍ਹਦੇ ਹਾਂ। ਠੀਕ ਹੈ, ਤੇ ਆਪਣੇ ਇੰਡੀਆ ਦਾ ਰੈਂਕ ਕਾਫੀ ਜ਼ਿਆਦਾ ਪੂਰ ਆਉਂਦਾ ਉਹਦੇ ਵਿੱਚ, ਤੇ ਉਹਦੇ ਵਿੱਚ ਜਿਹੜੀ ਕੰਟਰੀ ਲਾਸਟ ਆਉਂਦੀ ਹੈ ਹਮੇਸ਼ਾ ਹਰ ਸਾਲ, ਉਹ ਆਹ
ਚੌੜਾ ਹੁੰਦਾ ਜਾਂਦਾ ਠੀਕ ਹੈ ਸੋ ਇੱਥੋਂ ਜਦੋਂ ਸੀ ਹੁੰਦਾ ਇਹਦੇ ਚਾਰੇ ਪਾਸੋਂ ਜਿਹੜੀ ਲੈਂਡ ਹੈਗੀ ਉਹ ਕਵਰ ਕਰ ਰਹੇ ਨੇ ਠੀਕ ਹੈ ਇੱਕ ਮਾਊਥ ਜਿਹਾ ਬਣ ਜਾਂਦਾ ਇਹਨੂੰ ਗਲਫ ਕਹਿ ਦਿੰਦੇ ਨੇ ਠੀਕ ਹੈ ਹੁਣ ਆਪਾਂ ਗੱਲ ਕਰਦੇ ਹਾਂ ਗਲਫ ਆਫ ਗੀਨੀਆ ਦੀ ਪਹਿਲੀ ਗੱਲ ਇਹ ਜਿਹੜੀ ਅਫਰੀਕਾ ਦਾ ਜਿਹੜਾ ਵੈਸਟਰਨ ਪੋਰਸ਼ਨ ਹੈ ਇਹ ਉਧਰ ਪੈਂਦੇ ਠੀਕ ਹੈ ਜਿਹੜੇ 14-15 ਕੰਟਰੀਜ਼ ਬਾਰੇ ਕੱਲ ਮੈਂ ਤੁਹਾਨੂੰ ਦੱਸਿਆ ਸੀਗਾ ਉਸ ਲੋਕੇਸ਼ਨ ਜਿੱਥੇ ਉਧਰੋਂ ਜਿਹੜੀ ਉਹਨਾਂ ਦੀ ਇੰਪੋਰਟੈਂਟ ਰਿਵਰ ਜਿਹੜੀ ਉਧਰ ਐਟਲਾਂਟਿਕ ਓਸ਼ਨ ਦੇ ਵਿੱਚ ਡਰੇਨ ਕਰਦੇ ਨੇ ਉਹ ਗਲਫ ਆਫ ਜਿਹੜੀ ਗੀਨੀਆ ਬੇਸਿਕਲੀ ਉਹਦੇ ਵਿੱਚ ਡਰੇਨ ਕਰਦੇ ਨੇ ਠੀਕ ਹੈ ਇਹ ਗਲਫ ਆਫ ਗੀਨੀਆ ਇੱਕੋ ਗਲਫ ਹੈਗੀ ਜਿੱਥੇ ਇਕੁਏਟਰ ਹੈਗੀ ਤੇ ਜਿਹੜੀ ਪ੍ਰਾਈਮ ਮੈਰੀਡੀਅਨ ਹੈ ਇਹ ਇੰਟਰਸੈਕਟ ਕਰਦੇ ਨੇ ਇਸ ਗਲਫ ਦੇ ਵਿੱਚ ਆ ਕੇ ਠੀਕ ਹੈ ਪ੍ਰਾਈਮ ਮੈਰੀਡੀਅਨ ਤੋਂ ਭਾਵ ਜਿੱਥੇ ਮਤਲਬ 0 ਡਿਗਰੀ ਲੈਟੀਟਿਊਡ ਤੇ 0 ਡਿਗਰੀ ਲੌਂਗੀਟਿਊਡ ਹੋਵੇ ਠੀਕ ਹੈ ਉਹ ਤੇ ਇਕੁਏਟਰ ਇਹ ਦੋਵੇਂ ਇੱਕ ਦੂਜੇ ਦੇ ਵਿੱਚ ਇੰਟਰਸੈਕਟ ਕਰਦੇ ਨੇ ਗਲਫ ਆਫ ਗੀਨੀਆ ਦੇ ਵਿੱਚ ਠੀਕ ਹੈ ਉਸ ਤੋਂ ਇਲਾਵਾ ਕੱਲ ਦੋ ਮੈਂ ਤੁਹਾਨੂੰ ਰਿਵਰਸ ਬਾਰੇ ਪੜਾਇਆ ਸੀਗਾ ਰਿਵਰ ਨਾਈਜਰ ਤੇ ਰਿਵਰ ਵੋਲਟਾ ਉਹ ਰਿਵਰ ਵੀ ਜਿਹੜੀ ਇਹ ਗਲਫ ਆਫ ਗੀਨੀਆ ਇਹਦੇ ਵਿੱਚ ਡਰੇਨ ਕਰਦੇ ਨੇ ਠੀਕ ਹੈ ਆਹ ਤੁਸੀਂ ਦੇਖ ਸਕਦੇ ਹੋ ਇਹ ਕੰਟਰੀਜ਼ ਦੇ ਬਾਰੇ ਮੈਂ ਕੱਲ ਤੁਹਾਨੂੰ ਦੱਸਿਆ ਸੀਗਾ ਆਹ ਕੈਮਰੂਨ ਜਿੱਥੇ ਐਡਮਾਵਾ ਪਲੇਟੂ ਹੈ ਠੀਕ ਹੈ ਆਹ ਨਾਈਜੀਰੀਆ ਕੰਟਰੀ ਅਫਰੀਕਾ ਦੀ ਸਭ ਤੋਂ ਪਾਪੂਲਸ ਕੰਟਰੀ ਹੈਗੀ ਆਹ ਬੈਨਿਨ ਟੋਂਗੋ ਗਾਨਾ ਕੰਟਰੀ ਹੈਗੀ ਜਿੱਥੇ ਮਹਾਤਮਾ ਗਾਂਧੀ ਦਾ ਸਟੈਚੂ ਸੀਗਾ ਉਹ ਗਿਰਾਇਆ ਸੀਗਾ ਆਹ ਆਈਵਰੀ ਕੋਸਟ ਹੈਗੀ ਇੱਥੇ ਚੋਕਲੇਟ ਕਾਫੀ ਜ਼ਿਆਦਾ ਹੁੰਦੇ ਠੀਕ ਹੈ ਸੋ ਇੱਥੋਂ ਜਿਹੜੀਆਂ ਇੰਪੋਰਟੈਂਟ ਰਿਵਰਸ ਨੇਗੀਆਂ ਉਹ ਸਾਰੀਆਂ ਆਸ ਗਲਫ ਆਫ ਗੀਨੀਆ ਦੇ ਵਿੱਚ ਡਰੇਨ ਕਰਦੇ ਨੇ ਠੀਕ ਹੈ ਤੇ ਇੱਥੋਂ ਅੱਗੇ ਹੈਗਾ ਜੀ ਐਟਲਾਂਟਿਕ ਓਸ਼ਨ ਠੀਕ ਹੈ ਸੋ ਇਹ ਤੁਸੀਂ ਧਿਆਨ ਦੇ ਵਿੱਚ ਰੱਖਿਓ ਮੈਂ ਵੱਡੇ ਮੈਪ ਦੇ ਵਿੱਚ ਵੀ ਤੁਹਾਨੂੰ ਕੱਲੀ ਕੱਲੀ ਗਲਫ ਤੇ ਕੱਲੀ ਕੱਲੀ ਸਟ੍ਰੇਟ ਬਾਰੇ ਜ਼ਰੂਰ ਪੜਾਉਂਗਾ ਅੱਗੇ ਆ ਗਿਆ ਜੀ ਮੋਜ਼ਾਂਬਿਕ ਚੈਨਲ ਠੀਕ ਹੈ ਮੋਜ਼ਾਂਬਿਕ ਚੈਨਲ ਹੈਗਾ ਜਿਹੜਾ ਉਹ ਆਪਣੇ ਇੰਡੀਅਨ ਓਸ਼ਨ ਦੀ ਆਰਮ ਕਹਿੰਦੇ ਨੇ ਇਹਨੂੰ ਠੀਕ ਹੈ ਇਹ ਬੇਸਿਕਲੀ ਜਿਹੜੀ ਅਫਰੀਕਾ ਦਾ ਜਿਹੜਾ ਸਦਰਨ ਪੋਰਸ਼ਨ ਹੈ ਉੱਥੇ ਇੱਕ ਕੰਟਰੀ ਹੈਗੀ ਮੋਜ਼ਾਂਬਿਕ ਤੇ ਉਹਦੇ ਅਫਰੀਕਾ ਦਾ ਜਿਹੜਾ ਅਲੱਗ ਹੋਇਆ ਹੈ ਇੱਕ ਆਈਲੈਂਡ ਟਾਈਪ ਕੰਟਰੀ ਹੈ ਉਹ ਹੈਗਾ ਜੀ ਮੈਡਾਗਾਸਕਰ ਉਹਨਾਂ ਦੋਵਾਂ ਦੇ ਵਿਚਾਲੇ ਇੱਕ ਵਾਟਰ ਬਾਡੀ ਜੀ ਹੈ ਉਹਨੂੰ ਕਹਿੰਦੇ ਨੇ ਇਹ ਮੋਜ਼ਾਂਬਿਕ ਚੈਨਲ ਠੀਕ ਹੈ ਇੱਥੋਂ ਮੋਜ਼ਾਂਬਿਕ ਕਰੰਟ ਇੱਕ ਵਾਰਮ ਓਸ਼ਨ ਕਰੰਟ ਹੈ ਉਹ ਵੀ ਫਲੋ ਕਰਦਾ ਠੀਕ ਹੈ ਓਸ਼ਨ ਦੇ ਕਰੰਟ ਹੁੰਦੇ ਨੇ ਵਾਰਮ ਕਰੰਟ ਕੋਲਡ ਕਰੰਟ ਇਹ ਆਪਾਂ ਫੇਰ ਡਿਸਕਸ ਕਰਾਂਗੇ ਠੀਕ ਹੈ ਇੱਥੋਂ ਮੋਜ਼ਾਂਬਿਕ ਕਰੰਟ ਵੀ ਫਲੋ ਕਰਦਾ ਆਹ ਦੇਖੋ ਆਹ ਮੋਜ਼ਾਂਬਿਕ ਕੰਟਰੀ ਹੈਗੀ ਜਿੱਥੇ ਹੁਣੇ ਜੇ ਥੋੜੇ ਮਹੀਨੇ ਪਹਿਲਾਂ ਠੀਕ ਹੈ ਇਡਾਈ ਸਾਈਕਲੋਨ ਆਇਆ ਸੀਗਾ ਤੇ ਆਹ ਕੰਟਰੀ ਹੈ ਜੀ ਮੈਡਾਗਾਸਕਰ ਠੀਕ ਹੈ ਇਹਨਾਂ ਦੋਵਾਂ ਦੇ ਵਿਚਾਲੇ ਜਿਹੜੀ ਵਾਟਰ ਬਾਡੀ ਹੈ ਠੀਕ ਹੈ ਉਹਨੂੰ ਕਹਿੰਦੇ ਨੇ ਮੋਜ਼ਾਂਬਿਕ ਚੈਂਗਲ ਮੋਜ਼ਾਂਬਿਕ ਚੈਨਲ ਤੇ ਦੇਖੋ ਜਿੰਨੇ ਵੀ ਸ਼ਿਪਸ ਜਾਂਦੇ ਨੇ ਠੀਕ ਹੈ ਜਿੰਨੇ ਵੀ ਇਧਰੋਂ ਯੂਰਪ ਦੇ ਸਾਈਡ ਆਉਂਦੇ ਨੇ ਜਾਂ ਅਮਰੀਕਾ ਦੇ ਵੱਲ ਆਉਂਦੇ ਨੇ ਠੀਕ ਹੈ ਉਹ ਜ਼ਿਆਦਾਤਰ ਜੇ ਇਧਰ ਦੀ ਆਉਣਾ ਪ੍ਰੈਫਰ ਕਰਦੇ ਨੇ ਤਾਂ ਉਹ ਇਸ ਚੈਨਲ ਦੇ ਥਰੂ ਮਤਲਬ ਜਾਂਦੀ ਨੇ ਠੀਕ ਹੈ ਮੋਜ਼ਾਂਬਿਕ ਚੈਨਲ ਇਹਨੂੰ ਕਹਿੰਦੇ ਨੇ ਉਸ ਤੋਂ ਬਾਅਦ ਆ ਗਈ ਜੀ ਗਲਫ ਆਫ ਇਕਾਬਾ ਠੀਕ ਹੈ ਪਹਿਲੀ ਗੱਲ ਇਹਦਾ ਦੂਸਰਾ ਨਾਮ ਕੀ ਹੈ ਉਹ ਹੈਗਾ ਜੀ ਗਲਫ ਆਫ ਇਲੈਟ ਠੀਕ ਹੈ ਇਹ ਚਾਰ ਕੰਟਰੀ ਦੇ ਵਿੱਚ ਇਹ ਗਲਫ ਹੈਗੀ ਜਿਹੜੀ ਉਹ ਡਿਵਾਈਡਡ ਹੈ ਉਹ ਚਾਰ ਕੰਟਰੀਜ਼ ਕਿਹੜੀਆਂ ਨੇ ਇੱਕ ਤਾਂ ਹੈਗੀ ਜੀ ਇਜਿਪਟ ਦੂਸਰੀ ਹੈਗੀ ਇਜ਼ਰਾਈਲ ਤੀਸਰੀ ਜਾਰਡਨ ਤੇ ਫਾਈਨਲੀ ਚੌਥੀ ਕੰਟਰੀ ਹੈਗੀ ਜੀ ਸਾਊਦੀ ਅਰੇਬੀਆ ਇਹਨਾਂ ਚਾਰ ਕੰਟਰੀ ਦੇ ਵਿੱਚ ਇਹ ਗਲਫ ਹੈਗੀ ਇਹ ਡਿਵਾਈਡਡ ਹੈ ਆਹ ਦੇਖੋ ਧਿਆਨ ਨਾਲ ਦੇਖੋ ਇਹ ਵੈਸੇ ਜਿਹੜੀ ਪਿਕਚਰ ਹੈਗੀ ਇਹ ਵੱਡੇ ਮੈਪ ਦੇ ਵਿੱਚ ਕਾਫੀ ਜ਼ਿਆਦਾ ਵਧੀਆ ਕਲੀਅਰ ਹੋ ਗਈ ਤੁਹਾਨੂੰ ਪਰ ਆਪਾਂ ਪਹਿਲਾਂ ਇੱਕ ਵਾਰ ਉਰੇ ਦੇਖ ਲੈਣਾ ਦੇਖੋ ਜਿਹੜੀ ਆਹ ਕੰਟਰੀ ਹੈਗੀ ਇਹ ਹੈਗੇ ਇਜਿਪਟ ਤੇ ਆਹ ਹੈਗੇ ਗਲਫ ਆਫ ਸੁਏਜ਼ ਠੀਕ ਹੈ ਜਿਹੜਾ ਸੁਏਜ਼ ਕੈਨਲ ਜਾਂਦਾ ਇਹ ਉਹਦੀ ਗਲਫ ਹੈ ਠੀਕ ਹੈ ਤੇ ਆਹ ਇੱਕ ਪੈਨਿਸੂਲਾ ਹੈਗਾ ਇਹਨੂੰ ਕਹਿੰਦੇ ਨੇ ਸਨਾਈ ਪੈਨਿਸੂਲਾ ਇਹ ਇਜਿਪਟ ਦੇ ਲੱਗ ਹੈ ਠੀਕ ਹੈ ਸਨਾਈ ਪੈਨਿਸੂਲਾ ਬਾਰੇ ਵੀ ਤੁਹਾਡੇ ਤੋਂ ਪੁੱਛ ਸਕਦੇ ਨੇ ਠੀਕ ਹੈ ਤੇ ਆਹ ਹੈ ਜੀ ਗਲਫ ਆਫ ਅਕਾਬਾ ਠੀਕ ਹੈ ਸਾਊਦੀ ਅਰੇਬੀਆ ਤੇ ਸਨਾਈ ਪੈਨਿਸੂਲਾ ਦੇ ਵਿਚਾਲੇ ਹੈਗੀ ਇਹ ਗਲਫ ਆਫ ਅਕਾਬਾ ਠੀਕ ਹੈ ਅੱਗੇ ਚੱਲਦੇ ਆ ਅੱਗੇ ਦੋ ਤਿੰਨ ਨੋਟ ਸੋ ਇੰਪੋਰਟੈਂਟ ਠੀਕ ਹੈ ਜਿਹੜੀਆਂ ਗਲਫਸ ਰਹਿਗੀਆਂ ਆਪਾਂ ਇੱਕ ਵਾਰ ਉਹਨਾਂ ਨੂੰ ਮਤਲਬ ਪੜ੍ਹ ਲੈਣਾ ਠੀਕ ਹੈ ਪੁੱਛੇ ਨਹੀਂ ਜਾਣੇ ਪਰ ਫਿਰ ਵੀ ਕੋਈ ਚੀਜ਼ ਆਪਣੀ ਮਿਸ ਨਾ ਹੋਵੇ ਇੱਕ ਤਾਂ ਸਭ ਤੋਂ ਪਹਿਲੀ ਆ ਗਈ ਜੀ ਸੈਂਟ ਹਲੀਨਾ ਬੇ ਠੀਕ ਹੈ ਜਿਹੜਾ ਸਾਊਥ ਅਫਰੀਕਾ ਦਾ ਜਿਹੜਾ ਕੇਪ ਟਾਊਨ ਦਾ ਪ੍ਰੋਵਿੰਸ ਹੈਗੀ ਵੈਸਟਰਨ ਕੇਪ ਟਾਊਨ ਪ੍ਰੋਵਿੰਸ ਹੈ ਉਹ ਲੋਕੈਲਿਟੀ ਦੇ ਵਿੱਚ ਜਿਹੜੀ ਹੈ ਸੈਂਟ ਹਲੀਨਾ ਬੇ ਹੈਗੀ ਉਹ ਲੋਕੇਟਡ ਹੈ ਤੇ ਇਹ ਇੱਕ ਮੇਜਰ ਫਿਸ਼ਿੰਗ ਟਾਊਨ ਹੈਗੀ ਸੈਂਟ ਹਲੀਨਾ ਬੇ ਉਸ ਤੋਂ ਬਾਅਦ ਆ ਗਈ ਜੀ ਗਲਫ ਆਫ ਸਿਡਰਾ ਠੀਕ ਹੈ ਇਹ ਗਲਫ ਆਫ ਸਿਡਰਾ ਇਹ ਅਫਰੀਕਾ ਦੇ ਜਿਹੜੇ ਨਾਰਦਰਨ ਟਿਪ ਹੈ ਠੀਕ ਹੈ ਉਧਰ ਹੈ ਠੀਕ ਹੈ ਇਹ ਮੈਡੀਟੇਰੀਅਨ ਸੀ ਦੇ ਵਿੱਚ ਜਾ ਕੇ ਜਿਹੜੀ ਲੀਬੀਆ ਕੰਟਰੀ ਅਫਰੀਕਾ ਦੀ ਠੀਕ ਹੈ ਉੱਥੇ ਹੈਗੀ ਇਹ ਜਿਹੜੀ ਗਲਫ ਆਫ ਸਿਡਰਾ ਠੀਕ ਹੈ ਤੇ ਉਸ ਤੋਂ ਬਾਅਦ ਆ ਗਈ ਜੀ ਗਲਫ ਆਫ ਗੇਮਸ ਠੀਕ ਹੈ ਅਫਰੀਕਾ ਦੀ ਜਿਹੜੀ ਟੁਨੀਸ਼ੀਆ ਕੰਟਰੀ ਹੈ ਜਿਹਦੇ ਬਾਰੇ ਮੈਂ ਕੱਲ ਤੁਹਾਨੂੰ ਪੜਾ ਚੁੱਕਾ ਹੈ ਅਫਰੀਕਾ ਦੇ ਨਾਰਦਰਨ ਟਿਪ ਦੇ ਇੱਕ ਕੰਟਰੀ ਹੈਗੀ ਟੁਨੀਸ਼ੀਆ ਉਹਦੇ ਉੱਪਰ ਮੈਡੀਟੇਰੀਅਨ ਸੀ ਹੈ ਟੁਨੀਸ਼ੀਆ ਦੇ ਉੱਪਰ ਠੀਕ ਹੈ ਤੇ ਉਹ ਏਰੀਆ ਦੇ ਵਿੱਚ ਟੁਨੀਸ਼ੀਆ ਕੰਟਰੀ ਦੇ ਕੋਲ ਹੈਗੇ ਜੀ ਇਹ ਗਲਫ ਆਫ ਗੇਮਸ ਠੀਕ ਹੈ ਹੁਣ ਆਪਾਂ ਗੱਲ ਕਰਦੇ ਹਾਂ ਫਾਈਨਲੀ ਅਫਰੀਕਾ ਦੇ ਵਿੱਚ ਕਿਹੜੀਆਂ ਸਟ੍ਰੇਟਸ ਨੇਗੀਆਂ ਠੀਕ ਹੈ ਸਟ੍ਰੇਟਸ ਬਾਰੇ ਪੜਨ ਤੋਂ ਪਹਿਲਾਂ ਆਪਾਂ ਨੂੰ ਇੱਕ ਡਿਫਰੈਂਸ ਪਤਾ ਹੋਣਾ ਚਾਹੀਦਾ ਹੈ ਵੀ ਸਟ੍ਰੇਟ ਕੀ ਹੁੰਦੀ ਹੈ ਤੇ ਇਸਥੂਮਸ ਕੀ ਹੁੰਦੀ ਹੈ ਠੀਕ ਹੈ ਇਹ ਪੁੱਛ ਤਾਂ ਲੈਂਦੇ ਨੇ ਵੀ ਇਸਥੂਮਸ ਆਫ ਕਰਾ ਕੀ ਮਤਲਬ ਕਿੱਥੇ ਹੈਗੀ ਆਪਾਂ ਨੂੰ ਲੋਕੇਸ਼ਨ ਦਾ ਪਤਾ ਹੁੰਦੀ ਹੈ ਬਟ ਆਪਾਂ ਨੂੰ ਕਈ ਵਾਰ ਪਤਾ ਇਹ ਪਤਾ ਨਹੀਂ ਹੁੰਦਾ ਵੀ ਸਟ੍ਰੇਟ ਕੀ ਹੁੰਦੀ ਹੈ ਤੇ ਇਸਥੂਮਸ ਕੀ ਹੁੰਦੀ ਹੈ ਸੋ ਪਹਿਲਾਂ ਤਾਂ ਆਪਾਂ ਇਹਨਾਂ ਦੋਵਾਂ ਦੇ ਵਿਚਾਲੇ ਡਿਫਰੈਂਸ ਦੇਖਦੇ ਹਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦਾ ਸਟ੍ਰੇਟ ਦੀ ਤਾਂ ਸਟ੍ਰੇਟ ਉਹ ਨੈਰੋ ਪੈਸੇਜ ਆਫ ਵਾਟਰ ਹੁੰਦਾ ਹੈ ਜਿਹੜਾ ਕਿ ਦੋ ਵਾਟਰ ਲਾਰਜ ਵਾਟਰ ਬੋਡੀਜ਼ ਨੂੰ ਕਨੈਕਟ ਕਰਦਾ ਠੀਕ ਹੈ ਇੱਕ ਨੈਰੋ ਸਟ੍ਰਿਪ ਆਫ ਵਾਟਰ ਬੋਡੀ ਹੁੰਦੀ ਹੈ ਜਿਹੜੇ ਕਿ ਦੋ ਵਾਟਰ ਬੋਡੀਜ਼ ਨੂੰ ਕਨੈਕਟ ਕਰਦੀ ਹੈ ਆਪਸ ਦੇ ਵਿੱਚ ਉਹਨੂੰ ਤਾਂ ਕਹਿੰਦੇ ਨੇ ਸਟ੍ਰੇਟ ਠੀਕ ਹੈ ਤੇ ਇਸਥੂਮਸ ਕੀ ਹੁੰਦਾ ਇਹ ਇੱਕ ਨੈਰੋ ਪੀਸ ਆਫ ਲੈਂਡ ਹੁੰਦਾ ਠੀਕ ਹੈ ਇਹ ਲੈਂਡ ਦਾ
ਹੁਣੇ ਪਿੱਛੇ ਆਪਾਂ ਜਿੱਥੇ ਗਲਫ ਆਫ ਐਡਨ ਪੜ੍ਹੀ ਸੀਗੀ ਉੱਥੇ ਮੈਂ ਤੁਹਾਨੂੰ ਇੱਕ ਸਟੇਟ ਵੀ ਦੱਸੀ ਸੀਗੀ ਉਹ ਸਟੇਟ ਕਿਹੜੀ ਸੀਗੀ ਉਹ ਸੀਗੀ ਬਾਬੇ ਮੰਡੇਵ ਸਟੇਟ ਠੀਕ ਹੈ ਪਹਿਲੀ ਗੱਲ ਇੱਥੋਂ ਕੁਐਸਚਨ ਕੀ ਬਣਦਾ ਇਹ ਪੁੱਛਣਗੇ ਜਿਹੜੀ ਬਾਬੇ ਮੰਡੇਵ ਸਟੇਟ ਹੈਗੀ ਇਹ ਕਿਹਨੂੰ ਕਨੈਕਟ ਕਰਦੀ ਹੈ ਤਾਂ ਇਹ ਰੈੱਡ ਸੀ ਹੈਗਾ ਜਿਹੜਾ ਉਹਨੂੰ ਗਲਫ ਆਫ ਐਡਨ ਹੈਗੀ ਉਹਦੇ ਨਾਲ ਕਨੈਕਟ ਕਰਦੀ ਹੈ ਤੇ ਇਹ ਸਟੇਟ ਸਭ ਇੰਨੀ ਜ਼ਿਆਦਾ ਇੰਪੋਰਟੈਂਟ ਕਿਉਂ ਹੈ ਕਿਉਂਕਿ ਦੇਖੋ ਆਪਣੇ ਇੰਡੀਆ ਨੇ ਜੇ ਆਪਾਂ ਨੇ ਕੁਛ ਟ੍ਰੇਡ ਕਰਨਾ ਠੀਕ ਹੈ ਕੁਛ ਸ਼ਿਪ ਭੇਜਣੀ ਹੈ ਤੇ ਆਪਾਂ ਨੇ ਜੇ ਆਪਣੀ ਅਰੇਬੀਅਨ ਸੀ ਦੇ ਵਿੱਚੋਂ ਮੈਡੀਟੇਰੀਅਨ ਸੀ ਮਤਲਬ ਕੋਈ ਯੂਰੋਪ ਦੇ ਵਿੱਚ ਕੋਈ ਕੰਟੇਨਰ ਭੇਜਣਾ ਤਾਂ ਇਹ ਹੀ ਇੱਕੋ ਇੱਕ ਲੰਘ ਹੈਗਾ ਠੀਕ ਹੈ ਥਰੂ ਬਾਬੇ ਮੰਡੇਵ ਸਟ੍ਰੇਟ ਰੈੱਡ ਸੀ ਦੇ ਥਰੂ ਮਤਲਬ ਆਪਣੀ ਜਿਹੜੀ ਸ਼ਿਪ ਹੋਊਗੀ ਉਹ ਮੈਡੀਟੇਰੀਅਨ ਸੀ ਦੇ ਵਿੱਚ ਜਾਊਗੀ ਤੇ ਆਪਣਾ ਜਿਹੜਾ ਟ੍ਰੇਡ ਹੈਗਾ ਉਹ ਯੂਰੋਪ ਦੇ ਵਿੱਚ ਪੋਸੀਬਲ ਹੋ ਸਕੂਗਾ ਬਾਏ ਸ਼ਿਪ ਠੀਕ ਹੈ ਸੋ ਇਹ ਸਭ ਤੋਂ ਇੰਪੋਰਟੈਂਟ ਸਟੇਟ ਹੈਗੀ ਟ੍ਰੇਡ ਦੇ ਪਰਪਸ ਦੇ ਨਾਲ ਮੈਂ ਤੁਹਾਨੂੰ ਮੈਪ ਦੇ ਵਿੱਚ ਸਾਰਾ ਮਤਲਬ ਰੂਟ ਦਿਖਾਊਂਗਾ ਇਹ ਵੀ ਕਿੱਧਰੋਂ ਸ਼ਿਪ ਜਾਂਦੀ ਹੈ ਠੀਕ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸੁਏਜ਼ ਕੈਨਲ ਦੀ ਠੀਕ ਹੈ ਸੁਏਜ਼ ਕੈਨਲ ਜਿਹੜਾ ਇਜਿਪਟ ਹੈਗਾ ਉਹਦੇ ਲੱਗ ਗਿਆ ਠੀਕ ਹੈ ਇਹ ਵੀ ਜਿਹੜਾ ਮੈਡੀਟੇਰੀਅਨ ਸੀ ਹੈਗਾ ਉਹਨੂੰ ਜੋੜਦੀ ਹੈਗੀ ਰੈੱਡ ਸੀ ਦੇ ਨਾਲ ਠੀਕ ਹੈ ਮੈਡੀਟੇਰੀਅਨ ਸੀ ਨੂੰ ਰੈੱਡ ਸੀ ਦੇ ਨਾਲ ਜੋੜਦੀ ਹੈ ਠੀਕ ਹੈ ਤੇ ਆਪਣਾ ਜਿਹੜਾ ਅੱਗੇ ਨੌਰਥ ਐਟਲਾਂਟਿਕ ਦਾ ਇਹ ਇੰਡੀਅਨ ਓਸ਼ਨ ਦੇ ਨਾਲ ਇੱਕ ਵਧੀਆ ਰੂਟ ਅਸਟੈਬਲਿਸ਼ ਕਰਦੇ ਠੀਕ ਹੈ ਇੱਕ ਤੁਹਾਨੂੰ ਮੈਂ ਫੈਕਟ ਦੱਸਦਾ ਇੱਦਾਂ ਹੀ ਜਿਹੜਾ US ਦੇ ਵਿੱਚ ਸਟੈਚੂ ਆਫ ਯੂਨਿਟੀ ਹੈਗਾ ਠੀਕ ਹੈ ਉਹ ਪਹਿਲਾਂ ਜਿਹੜਾ ਸੁਏਜ਼ ਕੈਨਲ ਦਾ ਏਰੀਆ ਹੈਗਾ ਇੱਥੇ ਲੱਗਣਾ ਸੀਗਾ ਠੀਕ ਹੈ ਕਿਉਂਕਿ ਇੱਥੇ ਨਾ ਕਾਫੀ ਜ਼ਿਆਦਾ ਸ਼ਿਪਿੰਗ ਹੁੰਦੀ ਹੈ ਠੀਕ ਹੈ ਕਾਫੀ ਜ਼ਿਆਦਾ ਸ਼ਿਪਸ ਇੱਥੋਂ ਲੰਘਦੇ ਨੇ ਵਧੀਆ ਰੌਣਕ ਲੱਗਦੀ ਹੈ ਜਿਹੜਾ ਇਹ ਏਰੀਆ ਹੁੰਦਾ ਸੁਏਜ਼ ਕੈਨਲ ਦਾ ਠੀਕ ਹੈ ਸੋ ਪਹਿਲਾਂ ਇੱਥੇ ਪਲੈਨਿੰਗ ਸੀਗੀ ਜਿਹੜਾ ਸਟੈਚੂ ਆਫ ਯੂਨਿਟੀ ਸੀਗਾ ਇਹਨੂੰ ਇੱਥੇ ਜਿਹੜਾ ਇਹ ਏਰੀਆ ਸੀਗਾ ਇਜਿਪਟ ਦੇ ਲਾਗੇ ਇੱਥੇ ਲਾਉਣਾ ਸੀਗਾ ਬਟ ਬਾਅਦ ਦੇ ਵਿੱਚ ਉਹਨੂੰ ਅਮਰੀਕਾ ਦੇ ਵਿੱਚ ਮਤਲਬ ਲਗਾਇਆ ਦਿੱਤਾ ਗਿਆ ਠੀਕ ਹੈ ਹੁਣ ਆਪਾਂ ਗੱਲ ਕਰਦੇ ਹਾਂ ਸਟ੍ਰੇਟ ਆਫ ਗਿਬਰਾਲਟਰ ਇਹਦੇ ਬਾਰੇ ਤਾਂ ਕੱਲ੍ਹ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਪੜ੍ਹਾ ਚੁੱਕਿਆ ਠੀਕ ਹੈ ਪਹਿਲੀ ਗੱਲ ਜਿਹੜੀ ਇਹ ਸਟ੍ਰੇਟ ਹੈਗੀ ਇਹ ਮੋਰੋਕੋ ਤੇ ਸਪੇਨ ਇਹ ਦੋ ਕੰਟਰੀਜ਼ ਨੇ ਇਹਨਾਂ ਨੂੰ ਆਪਸ ਦੇ ਵਿੱਚ ਕਨੈਕਟ ਕਰਦੀ ਹੈ ਤੇ ਉਸ ਤੋਂ ਇਲਾਵਾ ਜਿਹੜਾ ਐਟਲਾਂਟਿਕ ਓਸ਼ਨ ਹੈ ਉਹਨੂੰ ਮੈਡੀਟੇਰੀਅਨ ਸੀ ਤੋਂ ਇਹ ਅਲੱਗ ਕਰਦੀ ਹੈ ਠੀਕ ਹੈ ਇਹ ਹੈ ਜੀ ਗਿਬਰਾਲਟਰ ਸਟ੍ਰੇਟ ਹੁਣ ਆਪਾਂ ਗੱਲ ਕਰਦੇ ਹੁਣ ਆਪਾਂ ਤੁਹਾਨੂੰ ਮੈਂ ਸਾਰਿਆਂ ਨੂੰ ਲੈ ਕੇ ਚੱਲਦਾ ਮੈਪ ਦੇ ਉੱਪਰ ਠੀਕ ਹੈ ਆਪਾਂ ਹੁਣ ਕੱਲੀ ਕੱਲੀ ਸਟ੍ਰੇਟ ਤੇ ਕੱਲੀ ਕੱਲੀ ਗਲਫ ਬਾਰੇ ਡਿਟੇਲ ਦੇ ਵਿੱਚ ਪੜ੍ਹਦੇ ਹਾਂ ਸਭ ਤੋਂ ਪਹਿਲਾਂ ਆਹ ਦੇਖੋ ਆਹ ਦੇਖੋ ਆਹ ਹੈ ਜੀ ਗਲਫ ਆਫ ਐਡਨ ਠੀਕ ਹੈ ਤੇ ਆਹ ਹੈ ਜੀ ਸਕੋਤਰਾ ਆਈਲੈਂਡ ਠੀਕ ਹੈ ਜਿਹਦੇ ਬਾਰੇ ਮੈਂ ਤੁਹਾਨੂੰ ਪਿੱਛੇ ਦੱਸਿਆ ਆਹ ਨੇ ਜੀ ਹਾਰਨ ਆਫ ਅਫਰੀਕਾ ਦੇ ਜਿਹੜੇ ਕੰਟਰੀ ਠੀਕ ਹੈ ਆਹ ਦੇਖੋ ਸਭ ਤੋਂ ਪਹਿਲਾਂ ਜੇ ਆਪਣੇ ਇੰਡੀਆ ਨੇ ਕੋਈ ਆਪਣਾ ਟ੍ਰੇਡ ਹੈਗਾ ਉਹ ਸ਼ਿਪ ਦੇ ਥਰੂ ਮਤਲਬ ਮੈਡੀਟੇਰੀਅਨ ਸੀ ਦੇ ਥਰੂ ਯੂਰੋਪ ਦੇ ਵਿੱਚ ਮਤਲਬ ਪੋਸੀਬਲ ਕਰਨਾ ਤਾਂ ਉਹ ਰੂਟ ਕਿੱਥੋਂ ਫੋਲ ਹੁੰਦਾ ਤਾਂ ਦੇਖੋ ਆਹ ਫਰਜ਼ ਕਰੋ ਮੁੰਬਈ ਦੇ ਵਿੱਚ ਜਿਹੜਾ ਪੋਰਟ ਹੈਗਾ JNPT ਠੀਕ ਹੈ ਉੱਥੋਂ ਕੋਈ ਵੀ ਸ਼ਿਪ ਜਾਂਦੀ ਹੈ ਤਾਂ ਉਹ ਇੱਥੋਂ ਪਹਿਲਾਂ ਗਲਫ ਆਫ ਏਡਨ ਦੇ ਥਰੂ ਜਾਊਗੀ ਤੇ ਆਹ ਸਟ੍ਰੇਟ ਹੈਗੀ ਜੀ ਇੱਥੇ ਆਹ ਸਟ੍ਰੇਟ ਹੈਗੀ ਬਾਬੇ ਮੰਡੇਵ ਸਟ੍ਰੇਟ ਠੀਕ ਹੈ ਇੱਥੋਂ ਜਾਊਗੀ ਸ਼ਿਪ ਜਿਹੜੇ ਬਾਬ ਮੰਡੇਵ ਸਟ੍ਰੇਟ ਹੈਗਾ ਇੱਥੋਂ ਜਾਂਦੀ ਹੋਈ ਆਹ ਰੈੱਡ ਸੀ ਆ ਗਿਆ ਇੱਥੋਂ ਜਾਂਦੀ ਹੋਈ ਇੱਥੇ ਆਊਗਾ ਆਹ ਦੇਖੋ ਆਹ ਆ ਗਿਆ ਸੁਏਜ਼ ਕੈਨਲ ਠੀਕ ਹੈ ਸੁਏਜ਼ ਗਲਫ ਆਫ ਸੁਏਜ਼ ਆ ਗਈ ਆਹ ਦੋ ਗਲਫ ਇੱਥੋਂ ਲੰਘਦੇ ਆਹ ਦੇਖੋ ਇੱਥੇ ਨਾ ਜਿਹੜਾ ਲੰਘ ਹੈ ਉਹ ਕਾਫੀ ਜ਼ਿਆਦਾ ਨੈਰੋ ਹੋ ਜਾਂਦਾ ਠੀਕ ਹੈ ਆਹ ਦੇਖੋ ਤੇ ਇੱਥੋਂ ਜਾ ਕੇ ਸ਼ਿਪ ਆ ਸਿੱਧਾ ਮੈਡੀਟੇਰੀਅਨ ਸੀ ਦੇ ਵਿੱਚ ਪਹੁੰਚੂਗੀ ਤੇ ਇੱਥੋਂ ਫਾਈਨਲੀ ਆਪਣਾ ਜਿਹੜਾ ਟ੍ਰੇਡ ਹੈਗਾ ਉਹ ਜਿਹੜਾ ਯੂਰੋਪ ਦੇ ਕੰਟਰੀਜ਼ ਨੇ ਉਹਨਾਂ ਦੇ ਵਿੱਚ ਜਿਹੜਾ ਟ੍ਰੇਡ ਆਪਣਾ ਉਹ ਪੋਸੀਬਲ ਹੋ ਸਕਦਾ ਠੀਕ ਹੈ ਆਹ ਦੇਖੋ ਇੰਨਾ ਇੰਪੋਰਟੈਂਟ ਹੈ ਕਿ ਜਿਹੜੀ ਇਹ ਬਾਬੇ ਮੰਡੇਵ ਸਟ੍ਰੇਟ ਹੈ ਟ੍ਰੇਡ ਦੇ ਪਰਪਸ ਦੇ ਨਾਲ ਠੀਕ ਹੈ ਹੁਣ ਤੁਹਾਨੂੰ ਜਿਹੜੀਆਂ ਮੈਂ ਦੋ ਗਲਫਸ ਬਾਰੇ ਪਿੱਛੇ ਪੜਾ ਚੁੱਕਿਆ ਸੀਗਾ ਉਹ ਇੱਥੋਂ ਕਲੀਅਰ ਹੋਣਗੇ ਠੀਕ ਹੈ ਆਹ ਦੇਖੋ ਆਹ ਕੰਟਰੀ ਹੈਗੀ ਇਜਿਪਟ ਆਹ ਹੈਗੀ ਜੀ ਗਲਫ ਆਫ ਸੁਏਜ਼ ਠੀਕ ਹੈ ਸੁਏਜ਼ ਗਲਫ ਹੈਗੀ ਆਹ ਸੁਏਜ਼ ਕੈਨਲ ਠੀਕ ਹੈ ਇਹਦੇ ਬਾਰੇ ਤੁਹਾਨੂੰ ਮੈਂ ਦੱਸਿਆ ਤੇ ਆਹ ਹੈ ਜੀ ਗਲਫ ਆਫ ਅਕਾਬਾ ਠੀਕ ਹੈ ਆਹ ਦੇਖੋ ਆਹ ਜਿਹੜਾ ਏਰੀਆ ਇਹਨੂੰ ਕਹਿੰਦੇ ਨੇ ਸਨਾਈ ਪੈਨਿਸੂਲਾ ਠੀਕ ਹੈ ਇਹ ਸਨਾਈ ਹੈਗਾ ਤੇ ਆਹ ਹੈ ਜੀ ਸਾਊਦੀ ਅਰੇਬੀਆ ਕੰਟਰੀ ਇਹਨਾਂ ਦੇ ਵਿਚਾਲੇ ਹੈ ਜੀ ਆਹ ਦੇਖੋ ਗਲਫ ਆਫ ਅਕਾਬਾ ਤੁਸੀਂ ਤੁਹਾਨੂੰ ਵਧੀਆ ਮਤਲਬ ਮੈਂ ਸਮਝਾ ਦੇਖਦੇ ਹਾਂ ਤੇ ਆਹ ਦੇਖੋ ਆਹ ਕੰਟਰੀ ਹੈਗੀ ਇਜ਼ਰਾਈਲ ਠੀਕ ਹੈ ਇਹਦੇ ਬਾਰੇ ਵੀ ਆਪਾਂ ਚਲੋ ਹੁਣ ਆਪਣੇ ਸਾਹਮਣੇ ਆਏਗੀ ਠੀਕ ਹੈ ਇਹਦੇ ਬਾਰੇ ਵੀ ਇੱਕ ਦੋ ਗੱਲਾਂ ਪੜ੍ਹ ਲੈਣਾ ਇਜ਼ਰਾਈਲ ਦਾ ਨਾ ਇੱਕ ਸੀ ਹੁਣ ਪਿੱਛੇ ਜੇ ਨਿਊਜ਼ ਦੇ ਵਿੱਚ ਆ ਗਿਆ ਠੀਕ ਹੈ ਆਹ ਤਾਂ ਪਹਿਲੀ ਗੱਲ ਡੈੱਡ ਸੀ ਹੈਗਾ ਠੀਕ ਹੈ ਇਹਦੇ ਬਾਰੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬਟ ਜਿਹੜਾ ਸੀ ਨਿਊਜ਼ ਦੇ ਵਿੱਚ ਹੈ ਉਹ ਸੀ ਹੈਗਾ ਜੀ ਆਹ ਇਹਨੂੰ ਕਹਿੰਦੇ ਨੇ ਸੀ ਆਫ ਗੈਲੀਲੀ ਠੀਕ ਹੈ ਇਹਦੇ ਬਾਰੇ ਤੁਸੀਂ ਪੜ੍ਹ ਲਿਓ ਇਹ ਇਜ਼ਰਾਈਲ ਦੇ ਵਿੱਚ ਹੈ ਠੀਕ ਹੈ ਹੁਣ ਆਪਾਂ ਗੱਲ ਕਰਦੇ ਹਾਂ ਸਟ੍ਰੇਟਸ ਦੀ ਠੀਕ ਹੈ ਇੱਕੋ ਸਟੇਟ ਤਾਂ ਆਪਾਂ ਪੜ੍ਹ ਲਈ ਉਹ ਕਿਹੜੀ ਸਟੇਟ ਸੀਗੀ ਉਹ ਸੀਗੀ ਬਾਬੇ ਮੰਡੇਵ ਸਟੇਟ ਜਿਹੜੀ ਕਿ ਆਹ ਸੀਗੀ ਠੀਕ ਹੈ ਹੁਣ ਆਪਾਂ ਗੱਲ ਕਰਦੇ ਹਾਂ ਗਿਬਰਾਲਟਰ ਸਟੇਟ ਦੀ ਠੀਕ ਹੈ ਆਹ ਦੇਖੋ ਆਹ ਹੈ ਜੀ ਗਿਬਰਾਲਟਰ ਆਹ ਗਿਬਰਾਲਟਰ ਹੈਗਾ ਤੇ ਆਹ ਹੈਗੀ ਜੀ ਮੋਰੋਕੋ ਕੰਟਰੀ ਤੇ ਆਹ ਹੈਗੀ ਸਪੇਨ ਇਹਨਾਂ ਆਹ ਗਿਬਰਾਲਟਰ ਇਹਨਾਂ ਦੋਵਾਂ ਨੂੰ ਆਪਸ ਦੇ ਵਿੱਚ ਅਲੱਗ ਕਰਦੀ ਹੈ ਮਤਲਬ ਇਹ ਸਟ੍ਰੇਟ ਹੈ ਜੀ ਗਿਬਰਾਲਟਰ ਤੇ ਇੱਧਰਲੀ ਜਿਹੜੀ ਰਾਈਟ ਹੈਂਡ ਸਾਈਡ ਵਾਟਰ ਬੋਡੀ ਹੈ ਇਹ ਹੈਗਾ ਜੀ ਮੈਡੀਟੇਰੀਅਨ ਸੀ ਤੇ ਇੱਧਰ ਜਿਹੜਾ ਲੈਫਟ ਹੈਂਡ ਸਾਈਡ ਹੈ ਇਹ ਹੈਗਾ ਜੀ ਐਟਲਾਂਟਿਕ ਓਸ਼ਨ ਇਹਨਾਂ ਦੋਵਾਂ ਨੂੰ ਆਪਸ ਦੇ ਵਿੱਚ ਅਲੱਗ ਕਰਦੀ ਹੈ ਇਹ ਹੈਗੀ ਗਿਬਰਾਲਟਰ ਸਟ੍ਰੇਟ ਠੀਕ ਹੈ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਗਲਫ ਆਫ ਗੀਨੀਆ ਦੀ ਤਾਂ ਆਹ ਦੇਖੋ ਅਫਰੀਕਾ ਜਿਹੜਾ ਵੈਸਟਰਨ ਡਿਪ ਹੈਗੀ ਠੀਕ ਹੈ ਉੱਧਰ ਇਹ ਗਲਫ ਆਫ ਗੀਨੀਆ ਆਹ ਜਿਹੜੇ ਕੰਟਰੀਜ਼ ਨੇ ਜਿਨ੍ਹਾਂ ਬਾਰੇ ਮੈਂ ਤੁਹਾਨੂੰ ਕੱਲ ਦੱਸ ਚੁੱਕਿਆ ਠੀਕ ਹੈ ਇਹ 14-15 ਕੰਟਰੀਜ਼ ਨੇ ਆਪਣੀ ਜਿਹੜੀ ਇੱਕੋ ਨਵੀਂ ਕਰੰਸੀ ਵੀ ਲਾਂਚ ਕਰਨਗੇ 2021-22 ਤੱਕ ਠੀਕ ਹੈ ਤੇ ਆਹ ਇਹਨਾਂ ਦੇ ਜਿਹੜੇ ਇੰਪੋਰਟੈਂਟ ਰਿਵਰਸ ਨੇਗੀਆਂ ਉਹ ਇਸ ਗਲਫ ਆਫ ਗੀਨੀਆ ਦੇ ਵਿੱਚ ਡਰੇਨ ਕਰਦੇ ਨੇ ਠੀਕ ਹੈ ਤੇ ਉਸ ਤੋਂ ਬਾਅਦ ਆਹ
ਆਏ ਜੀ ਲੇਕ ਵਿਕਟੋਰੀਆ, ਠੀਕ ਹੈ। ਲੇਕ ਵਿਕਟੋਰੀਆ ਤਿੰਨ ਕੰਟਰੀ ਦੇ ਵਿੱਚ ਬਾਰਡਰ ਕਰਦੀ ਹੈ, ਯੁਗਾਂਡਾ, ਕੀਨੀਆ ਤੇ ਤਨਜ਼ਾਨੀਆ, ਠੀਕ ਹੈ। ਇਹ ਤਿੰਨ ਕੰਟਰੀ ਦੇ ਵਿੱਚ ਬਾਰਡਰ ਕਰਦੀ ਹੈ ਤੇ ਨਾ ਲੇਕ ਵਿਕਟੋਰੀਆ ਦੇ ਵਿੱਚ ਇੱਕ ਆਈਲੈਂਡ ਹੈਗਾ, ਠੀਕ ਹੈ। ਦੋ ਤਿੰਨ ਆਈਲੈਂਡ ਨੇ ਉਹ ਨਿਊਜ਼ ਦੇ ਵਿੱਚ ਰਹਿੰਦੇ ਨੇ, ਉਹਨਾਂ ਦਾ ਨਾਮ ਤੁਸੀਂ ਧਿਆਨ ਚ ਰੱਖੋ। ਇੱਕ ਦਾ ਹੈ ਜੀ ਸਾਗੀਤੂ ਆਈਲੈਂਡ, ਠੀਕ ਹੈ। ਇਹ ਜਿਨ੍ਹਾਂ ਦੇ ਮੈਂ ਨਾਮ ਬੋਲ ਰਿਹਾ ਬਸ ਇਹੀ ਇੰਪੋਰਟੈਂਟ ਨੇ, ਸਾਰੇ ਨੇ ਯਾਦ ਕਰਨੇ। ਇੱਕ ਦਾ ਹੈਗਾ ਜੀ ਸਾਗੀਤੂ ਆਈਲੈਂਡ, ਦੂਸਰਾ ਹੈਗਾ ਆਹ ਫੰਗੋ ਆਈਲੈਂਡ, ਠੀਕ ਹੈ। ਇਹ ਦੋ ਆਈਲੈਂਡ ਤੁਸੀਂ ਯਾਦ ਰੱਖਣੇ ਨੇ, ਇਹ ਲੇਕ ਵਿਕਟੋਰੀਆ ਦੇ ਵਿੱਚ ਨੇ ਅਫਰੀਕਾ ਦੇ, ਠੀਕ ਹੈ। ਉਸ ਤੋਂ ਇਲਾਵਾ ਆਹ ਹੈਗੀ ਜੀ ਲੇਕ ਐਲਬਰਟ, ਠੀਕ ਹੈ। ਤੇ ਉਸ ਤੋਂ ਬਾਅਦ ਆਹ ਲੇਕ ਐਡਵਰਡ, ਇਹ ਨੋਟਸ ਇੰਪੋਰਟੈਂਟ, ਕੋਈ ਬਾਲੀ ਇੰਪੋਰਟੈਂਟ ਮਤਲਬ ਲੇਕਸ ਨਹੀਂ ਹੈਗੀਆਂ। ਤੇ ਆਹ ਹੈ ਜੀ ਲੇਕ ਟਰਕਾਨਾ, ਠੀਕ ਹੈ, ਜਿਹਦੇ ਬਾਰੇ ਆਪਾਂ ਪਿੱਛੇ ਪੜ ਚੁੱਕੇ ਆ। ਤੇ ਉਸ ਤੋਂ ਇਲਾਵਾ ਆਹ ਹੈਗੀ ਜੀ ਲੇਕ ਮਲਾਵੀ, ਠੀਕ ਹੈ। ਤੁਸੀਂ ਦੇਖ ਸਕਦੇ ਹੋ ਜਿਹੜੇ ਆਪਾਂ ਪਿੱਛੇ ਛੋਟੇ ਮੈਪ ਦੇ ਵਿੱਚ ਦੇਖਿਆ ਸੀ, ਹੁਣ ਤੁਹਾਨੂੰ ਸਾਰਿਆਂ ਨੂੰ ਵਧੀਆ ਕਲੀਅਰ ਹੋ ਰਿਹਾ ਹੋਊਗਾ ਵੀ ਆਹ ਹੈ ਜੀ ਲੇਕ ਮਲਾਵੀ। ਤੇ ਆਹ ਜ਼ੈਂਬੀਆ ਤੇ ਜ਼ਿੰਬਾਬਵੇ ਦੇ ਵਿੱਚ ਕਿਹੜੀ ਲੇਕ ਹੈ ਜੀ? ਆਹ ਦੇਖੋ ਇਹ ਹੈਗੀ ਜੀ ਲੇਕ ਕਰੀਬਾ, ਠੀਕ ਹੈ, ਜਿਹਦੇ ਬਾਰੇ ਆਪਾਂ ਪਿੱਛੇ ਪੜ ਚੁੱਕੇ ਹਾਂ, ਠੀਕ ਹੈ। ਸੋ ਇਹ ਸੀਗਾ ਸਾਰਾ ਅੱਜ ਆਪਣਾ ਅਫਰੀਕਾ ਕੰਟੀਨੈਂਟ ਬਾਰੇ, ਵਧੀਆ ਕੰਪਲੀਟ ਹੋ ਗਿਆ। ਮੈਂ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਵਧੀਆ ਸਮਝ ਆਇਆ ਹੋਊਗਾ, ਠੀਕ ਹੈ। ਆਪਣਾ ਫੀਡਬੈਕ ਵੀ ਤੁਸੀਂ ਦੇ ਸਕਦੇ ਹੋ। ਜਲਦੀ ਆਪਾਂ ਕਿਸੇ ਨਵੇਂ ਕੰਟੀਨੈਂਟ ਦੇ ਨਾਲ ਹੋਰ ਡਿਸਕਸ ਕਰਾਂਗੇ, ਉਹ ਕੰਟੀਨੈਂਟ ਦੀ ਵੀਡੀਓ ਲੈ ਕੇ ਆਊਂਗਾ ਤੁਹਾਡੇ ਸਾਹਮਣੇ ਮੈਂ ਬਹੁਤ ਹੀ ਜਲਦ। ਸੋ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ, ਧੰਨਵਾਦ।